ਮਾਰਗ ਮੋਤੀ ਬੀਥਰੇ ਅੰਧਾ ਨਿਕਸਿਉ ਜ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੇ ਰਸਤੇ ਦੇ ਉੱਤੇ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ ਇਸ ਜ਼ਿੰਦਗੀ ਦੇ ਰਸਤੇ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਮੋਤੀ ਹਰ ਥਾਂ ਤੇ ਬਿਖਰੇ ਪਏ ਨੇ। ਭਾਵ ਹਰ ਥਾਂ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਨਾਲ ਦਾਤਾਰ ਇਹ ਵੀ ਕਹਿੰਦੇ ਨੇ ਕਿ ਮੋਤੀ ਹੈ ਤੇ ਜ਼ਰੂਰ ਨੇ। ਰਸਤੇ ਦੇ ਉੱਤੇ ਪਏ ਵੀ ਹੋਏ ਨੇ। ਪਰ ਇਸ ਰਸਤੇ ਦੇ ਉੱਤੇ ਜਿਹੜਾ ਤੁਰਨ ਵਾਲਾ ਹੈ ਉਹ ਅੰਨ੍ਹਾ ਹੈ ਉਹਨੂੰ ਨਜ਼ਰ ਨਹੀਂ ਆਉਂਦਾ ਹੁਣ ਜੇਕਰ ਹੈ ਹੀ ਅੰਨ੍ਹਾ ਹੈ ਤੇ ਭਾਵੇਂ ਫਿਰ ਕਿੰਨਾ ਕੁਝ ਵੀ ਪਿਆ ਹੋਵੇ ਅੰਨ੍ਹੇ ਲਈ ਉਹ ਕੁਝ ਵੀ ਨਹੀਂ ਹੈ ਤੇ ਮਹਾਰਜ ਕਹਿੰਦੇ ਨੇ ਜੋਤ ਬਿਨਾਂ ਜਗਦੀਸ਼ ਕੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਬਿਨਾਂ ਉਹਦੇ ਚਾਨਣ ਦੇ ਬਿਨਾਂ ਜਗਤ ਉਲੰਘੇ ਜਾਏ ਸੰਸਾਰ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਦੇ ਕੇ ਹੀ ਨਿਕਲ ਜਾਂਦਾ ਹੈ ਉਹ ਨੂੰ ਨਹੀਂ ਸਮਝ ਆਉਂਦੀ ਇਹਨਾਂ ਗੱਲਾਂ ਦੀ ਫਿਰ ਇਹਨੂੰ ਸਮਝ ਲਈਏ ਔਰ ਇਦਾਂ ਦੀ ਗੱਲ ਹੈ ਰਸਤੇ ਦੇ ਵਿੱਚ ਕਿੰਨਾ ਕੁਝ ਵੀ ਪਿਆ ਹੋਵੇ ਜਿਹੜਾ ਹੈ ਹੀ ਅੰਨਾ ਹੈ ਉਹਦੇ ਲਈ ਕੁਝ ਵੀ ਨਹੀਂ ਪਿਆ ਮੈਂ ਪਹਿਲਾਂ ਬੇਨਤੀ ਆਪਦੀ ਦੇ ਨਾਲ ਕਰ ਦਿੱਤੀ ਸਾਰਾ ਕੁਝ ਜੋ ਪਿਆ ਹੋਇਆ ਹੈ ਉਹਦੇ ਲਈ ਜਿਹਦੀਆਂ ਅੱਖਾਂ ਨੇ ਜਿਹਦੀਆਂ ਅੱਖਾਂ ਹੈ ਹੀ ਨਹੀਂ ਉਹਦੇ ਲਈ ਨਾ ਤੇ ਕੋਈ ਰੰਗ ਹੈ ਜਿਹਦੀਆਂ ਅੱਖਾਂ ਨਹੀਂ ਨਾ ਕੋਈ ਉਹਦੇ ਲਈ ਚੀਜ਼ਾਂ ਦੀ ਸਮਝ ਹੈ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਬਾਬਾ ਕਬੀਰ ਕਹਿੰਦੇ ਨੇ ਕਿ ਹਰ ਇੱਕ ਥਾਂ ਦੇ ਉੱਤੇ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਨਾਲ ਉਹਨਾਂ ਨੇ ਇਹ ਗੱਲ ਬੋਲ ਦਿੱਤੀ ਹੈ ਕਿ ਅੰਨਿਆਂ ਦੇ ਵਸ ਦੀ ਇਹ ਵੀ ਗੱਲ ਨਹੀਂ ਇਕ ਹੁੰਦੇ ਨੇ ਉਹ ਅੰਨੇ ਜਿਹੜੇ ਜਨਮ ਤੋਂ ਜਾਂ ਕਿਸੇ ਕਾਰਨ ਕਰਕੇ ਆ ਨਿਗਾ ਚਲੀ ਗਈ ਤੇ ਗੱਲ ਖਤਮ ਹੋ ਗਈ ਤੇ ਜੇ ਕਹੀਏ ਵੀ ਰੱਬ ਇਹਨਾਂ ਅੱਖਾਂ ਦਾ ਹੀ ਵਿਸ਼ਾ ਹੈ ਤੇ ਜਿਨ੍ਹਾਂ ਨੂੰ ਮਾਲਕ ਜਨਮ ਤੋਂ ਹੀ ਅੱਖਾਂ ਨਹੀਂ ਦਿੰਦਾ ਫਿਰ ਉਹਨਾਂ ਲਈ ਰੱਬ ਵਿਸ਼ਾ ਹੈ ਹੀ ਨਹੀਂ ਹੈ ਉਹਨਾਂ ਲਈ ਰੱਬ ਦਾ ਕੋਈ ਮਤਲਬ ਹੀ ਨਹੀਂ ਹੈ ਇਹਦਾ ਮਤਲਬ ਹੈ ਵੀ ਰੱਬ ਦਾ ਕੰਮ ਜਿਹੜਾ ਉਹ ਇਹਨਾਂ ਅੱਖਾਂ ਵਾਲਾ ਨਹੀਂ ਹੈ ਇਹਨਾਂ ਅੱਖਾਂ ਦੇ ਨਾਲ ਨਹੀਂ ਹੈ ਤੁਸੀਂ ਦਰਬਾਰ ਸਾਹਿਬ ਦੇ ਰਾਗੀ ਪਾਈ ਲਖਮਿੰਦਰ ਸਿੰਘ ਉਹਨਾਂ ਨੂੰ ਸੁਣਦੇ ਹੋਵੋਗੇ ਸੂਰਮੇ ਸਿੰਘ ਨੇ ਪਾਈ ਗੁਰਮੀਤ ਸਿੰਘ ਉਹਣੀ ਨੇ ਸੂਰਮੇ ਸਿੰਘ ਨੇ ਨੀਂ ਨਜ਼ਰ ਆਉਂਦਾ ਅੱਖਾਂ ਤੋਂ ਹੋਰ ਵੀ ਕਿੰਨੇ ਇਦਾਂ ਦੇ ਰਾਗੀ ਸਿੰਘ ਨੇ ਜਿਨ੍ਹਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਪਰ ਕੀਰਤਨ ਬਹੁਤ ਕਮਾਲ ਦਾ ਹੈ ਜਿੱਥੇ ਗੁਰਬਾਣੀ ਇਹ ਕਹਿੰਦੀ ਹੈ ਨਾ ਕਿ ਭਾਈ ਅੰਨੇ ਹੋਣਾ ਹੈ ਤੇ ਅੰਨੇ ਹੋਣ ਦਾ ਇੱਕ ਮਤਲਬ ਤੇ ਇਹ ਹੈ ਕਿ ਜਿਹਨੂੰ ਜਨਮ ਤੋਂ ਹੀ ਅੱਖਾਂ ਨਹੀਂ ਮਿਲੀਆਂ ਤੇ ਗੁਰਬਾਣੀ ਦੂਸਰੇ ਪਾਸੇ ਇਹ ਵੀ ਕਹਿੰਦੀ ਆ ਕਿ ਕੁਝ ਅੰਨੇ ਇਹੋ ਜਿਹੇ ਵੀ ਹੈ ਨੇ ਅੱਖਾਂ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਔਰ ਇਹਨਾਂ ਨੂੰ ਕਿਹਾ ਜਾਂਦਾ ਹੈ ਰੱਬ ਦੇ ਰਸਤੇ ਦੇ ਉੱਤੇ ਤੁਰਨ ਵਾਲੇ ਅੰਨੇ ਲੋਕ ਇਹ ਸੁਣਨ ਨੂੰ ਥੋੜਾ ਜਿਹਾ ਔਖਾ ਸੁਣਨ ਨੂੰ ਥੋੜਾ ਜਿਹਾ ਬੁਰਾ ਵੀ ਲੱਗੇਗਾ ਪਰ ਮਾਫ ਕਰਨਾ ਬਹੁਤੀ ਵਾਰ ਧਾਰਮਿਕ ਰਸਤੇ ਦੇ ਉੱਤੇ ਜਦੋਂ ਅਸੀਂ ਤੁਰ ਰਹੇ ਹੁੰਦੇ ਹਾਂ ਤੇ ਅਸੀਂ ਇਦਾਂ ਹੀ ਤੁਰਦੇ ਆਂ ਕਿ ਸਾਨੂੰ ਨਜ਼ਰ ਕੁਝ ਨਹੀਂ ਆ ਰਿਹਾ ਹੁੰਦਾ ਸਾਨੂੰ ਕੁਝ ਨਹੀਂ ਨਜ਼ਰ ਆਉਂਦਾ ਔਰ ਜੋ ਕੁਝ ਪਿਆ ਹੁੰਦਾ ਹੈ ਅਸੀਂ ਪੈਰਾਂ ਹੇਠਾਂ ਮਿਧ ਕੇ ਪੈਰਾਂ ਹੇਠ ਉਹਨੂੰ ਕੁਚਲ ਕੇ ਤੇ ਬਸ ਅੱਗੇ ਤੁਰਦੇ ਰਹਿੰਦੇ ਹਾਂ ਸਾਨੂੰ ਲੱਗਦਾ ਹੀ ਨਹੀਂ ਕਿ ਧਰਮਨਾਮ ਦੀ ਕੋਈ ਚੀਜ਼ ਜਾਂ ਇਦਾਂ ਦੀ ਕੋਈ ਚੀਜ਼ ਹੈ ਜ਼ਿੰਦਗੀ ਦੇ ਵਿੱਚ ਬਾਬਾ ਕਬੀਰ ਨੇ ਉਹ ਗੱਲ ਬੋਲੀ ਹੈ ਮਾਲਕ ਨੂੰ ਮਹਿਸੂਸ ਕਰਨਾ ਕੀ ਹੈ ਸਤਿਗੁਰੂ ਤੇ ਕਹਿੰਦੇ ਨੇ ਵੀ ਮਾਰਗ ਮੋਤੀ ਬੀਥਰੇ ਜਿੱਦਾਂ ਰਸਤੇ ਦੇ ਵਿੱਚ ਮੋਤੀ ਖਲਰੇ ਹੋਣ ਤੇ ਹਰ ਥਾਂ ਦੇ ਉੱਤੇ ਮੋਤੀ ਡਿੱਗੇ ਹੋਏ ਨੇ ਰੱਬ ਨੂੰ ਤੇ ਹਰ ਥਾਂ ਤੇ ਮਹਿਸੂਸ ਕੀਤਾ ਜਾ ਸਕਦਾ ਨਾ ਪਰ ਨਾਲ ਬਾਬਾ ਕਬੀਰ ਨੇ ਸ਼ਰਤ ਰੱਖੀ ਹੈ ਵੀ ਭਾਈ ਅੰਧਾ ਨਿਕਸਿਓ ਆਏ ਤੇ ਜੇ ਅੰਨੇ ਬੰਦੇ ਨੂੰ ਮੋਤੀ ਨਹੀਂ ਦਿਸਦੀ ਜਿਹੜੇ ਦਿਸਦੇ ਜਿਹੜੇ ਧਾਰਮਿਕ ਤੌਰ ਦੇਤੇ ਚੱਲਣ ਵਾਲੇ ਤੇ ਉੱਤੇ ਅੰਨੇ ਬੰਦੇ ਹੁੰਦੇ ਨੇ ਉਹਨਾਂ ਨੂੰ ਇਹ ਕੁਝ ਵੀ ਨਹੀਂ ਦਿਸਦਾ ਉਹਨਾਂ ਨੂੰ ਕਦਰ ਹੀ ਨਹੀਂ ਪੈਂਦੀ ਕਿ ਰੱਬ ਨਾਲ ਦੀ ਚੀਜ਼ ਵੀ ਕੋਈ ਹੈ ਇਹਦੇ ਗੁਣ ਵੀ ਕੁਝ ਹੈ ਨੇ ਔਰ ਜੋਤ ਬਿਨਾ ਜਗਦੀਸ਼ ਕੀ ਰੱਬ ਦੀ ਜੋਤ ਤੋਂ ਬਿਨਾ ਜਗਤ ਉਲੰਘ ਹੈ ਜਾਏ ਮਰਜ ਕਹਿੰਦੇ ਨਿਕਲੇਗਾ ਸੰਸਾਰ ਬਸ ਔਰ ਇਹ ਨਿਕਲਣਾ ਹੀ ਹੈ ਮੈਂ ਸ੍ਰੀ ਮੀਤਪ ਜੀ ਦੇ ਅੱਗੇ ਆਪਣੇ ਨਾਲ ਨੂੰ ਵਿੱਚ ਲੈ ਕੇ ਆਪਣੇ ਆਪ ਨੂੰ ਵਿੱਚ ਲੈ ਕੇ ਮੈਂ ਆਪ ਜੀ ਦੇ ਨਾਲ ਗੱਲ ਕਰਦਾ ਪਿਆ ਹਾਂ ਇਹ ਨਿਕਲ ਨਹੀਂ ਹੈ ਬਸ ਕਿ ਬਸ ਸਾਨੂੰ ਕਰਦਿਆਂ ਕਰਦਿਆਂ ਨੂੰ ਧਾਰਮਿਕ ਜ਼ਿੰਦਗੀ ਜਿੰਦਿਆਂ ਨੂੰ ਕਈ ਕਈ ਸਾਲ ਲੰਘ ਜਾਂਦੇ ਨੇ ਸਾਨੂੰ ਲੱਗਦਾ ਨਹੀਂ ਕਿ ਸਾਡੇ ਅੰਦਰ ਕੁਝ ਬਣਦਾ ਹੈ ਔਰ ਜਿਨ੍ਹਾਂ ਦੇ ਅੰਦਰ ਕੁਝ ਬਣ ਗਿਆ ਸਤਿਗੁਰੂ ਕਿਰਪਾ ਕਰੇ ਨਮਸਕਾਰ ਹੈ ਉਹਨਾਂ ਦੇ ਚਰਨਾਂ ਦੇ ਉੱਤੇ ਪਾਣੀ ਦੇ ਵਿੱਚ ਦੋ ਤਰੀਕਿਆਂ ਦੇ ਲੋਕ ਜਾਂਦੇ ਨੇ ਇੱਕ ਹੁੰਦੇ ਨੇ 스ਵਿਮਰ ਤੇ ਇੱਕ ਹੁੰਦੇ ਨੇ ਡਾਈਵਰ ਜਿਹੜੇ ਹੁੰਦੇ ਨੇ 스ਵਿਮਰ ਉਹਨਾਂ ਦਾ ਕੰਮ ਹੁੰਦਾ ਵੀ ਅਸੀਂ ਪੈਂਡਾ ਕਿੰਨਾ ਕਰ ਲਿਆ ਤੇ ਜਿਹੜੇ ਡਾਈਵਰ ਹੁੰਦੇ ਉਹਨਾਂ ਨੇ ਇਹ ਵੇਖਣਾ ਹੁੰਦਾ ਵੀ ਅਸੀਂ ਡੂੰਗਾ ਕਿੰਨਾ ਚਲੇ ਗਏ ਧਾਰਮਿਕ ਰਸਤੇ ਤੇ ਦੋ ਤਰੀਕਿਆਂ ਦੇ ਲੋਕ ਆਉਂਦੇ ਨੇ ਇੱਕ ਹੁੰਦੇ ਨੇ ਗਿਣਤੀਆਂ ਮਿੰਟੀਆਂ ਵਾਲੇ ਜਿਨ੍ਹਾਂ ਨੇ ਇਹ ਕਰਨਾ ਦੇ ਵੀ ਇੰਨੇ ਪਾਠ ਹੋ ਗਏ ਨੇ ਸਾਡੇ ਤੇ ਇੰਨੇ ਸਾਲ ਸਾਨੂੰ ਹੋ ਗਏ ਨੇ ਇੱਕ ਉਹ ਨੇ ਜਿਨ੍ਹਾਂ ਨੇ ਇਹ ਨਹੀਂ ਵੇਖਣਾ ਵੀ ਅਸੀਂ ਕੀਤਾ ਕਿੰਨਾ ਕੁਝ ਹੈ ਜਿਨ੍ਹਾਂ ਨੇ ਇਹ ਵੇਖਣਾ ਵੀ ਸਾਨੂੰ ਮਹਿਸੂਸ ਕਿੰਨਾ ਕੁਝ ਹੋ ਰਿਹਾ ਹੈ ਇਸ ਜ਼ਿੰਦਗੀ ਦੇ ਵਿੱਚੋਂ ਔਰ ਗੱਲ ਸਿਰਫ ਇੰਨੀ ਕੀ ਹੈ ਜੇ ਤੇ ਅਸੀਂ ਗਿਣਤੀਆਂ ਮਿੰਟੀਆਂ ਵਾਲੇ ਪਾਸੇ ਦੇ ਉੱਤੇ ਚੱਲਦੇ ਪਏ ਹਾਂ ਤੇ ਫਿਰ ਅਸੀਂ ਧਾਰਮਿਕ ਤੌਰ ਦੇ ਉੱਤੇ ਸੁਜਾਖੇ ਨਹੀਂ ਕਹੇ ਜਾ ਸਕਦੇ ਸੁਜਾਖਾ ਉਹਨੂੰ ਕਿਹਾ ਜਾਂਦਾ ਜਿਹਦੀਆਂ ਅੱਖਾਂ ਹੋਣ ਅੰਨੇ ਤੋਂ ਬਿਲਕੁਲ ਉਲਟ ਥੋੜਾ ਜਿਹਾ ਇਹਨੂੰ ਇਦਾਂ ਸਮਝਿਆ ਜਾ ਸਕਦਾ ਹੈ ਸ਼ਾਇਦ ਨਾਨਕ ਸਿੰਘ ਨਾਵਲਿਸਟ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਇੱਕ ਗੱਲ ਲਿਖੀ ਹੈ ਕਹਿੰਦੇ ਵੀ ਉਹ ਕਿਸੇ ਪਿੰਡ ਦੇ ਵਿੱਚ ਨਾ ਇੱਕ ਨੌਜਵਾਨ ਨੇ ਆਕੇ ਬਾਬਾ ਜੀ ਦੇ ਕੋਲੋਂ ਗੱਲ ਕੀਤੀ ਵੀ ਮੈਂ ਸੁਖਨੀ ਸਾਹਿਬ ਦਾ ਪਾਠ ਸਿੱਖਣਾ ਹੈ ਤੇ ਉਹ ਬਾਬਾ ਜੀ ਨੂੰ ਬੜਾ ਚਾ ਚੜਿਆ ਵੀ ਚਲੋ ਸ਼ੁਕਰ ਹੈ ਕੋਈ ਪਾਠ ਸਿੱਖਣ ਆਇਆ ਤੇ ਉਹਨਾਂ ਨੇ ਪਾਠ ਸਿਖਾਉਣਾ ਸ਼ੁਰੂ ਕਰ ਦਿੱਤਾ ਉਹ ਪਹਿਲੀ ਅਸ਼ਟਪਦੀ ਜਾਂ ਪਹਿਲੀ ਅਸ਼ਟਪਦੀ ਦੇ ਕੁਝ ਪਦੇ ਸੁਣਾਏ ਹੋਣਗੇ ਤੇ ਉਹ ਕਹੇ ਵੀ ਇਹਨੂੰ ਯਾਦ ਕਰਕੇ ਆਈਂ ਉਹ ਹੁਣ ਵੀ ਯਾਦ ਕਰਦਾ ਰਿਹਾ ਯਾਦ ਕਰਦਾ ਰਿਹਾ ਉਹ ਬਾਦ ਦੇ ਵਿੱਚ ਗਿਆ ਹੀ ਨਹੀਂ ਸਿੱਖਣ ਦੇ ਲਈ ਦੁਬਾਰਾ ਉਹ ਗਿਆ ਹੀ ਨਹੀਂ ਉਕੇ ਤੇ ਥੋੜੇ ਦਿਨਾਂ ਬਾਅਦ ਕਿਤੇ ਉਹ ਬਾਬੇ ਨੂੰ ਫੇਰ ਮਿਲ ਪਿਆ ਤੇ ਬਾਬਾ ਕਹਿੰਦਾ ਵੀ ਭਗਤਾ ਕੀ ਗੱਲ ਵੀ ਇੱਕੋ ਪੰਕਤੀ ਸਿੱਖ ਕੇ ਜਾਂ ਇੱਕੋ ਹੀ ਪਦਾ ਸਿੱਖ ਕੇ ਵੀ ਤੇਰੀ ਧੰਨ ਧੰਨ ਹੋ ਗਈ ਆ ਵੀ ਤੂੰ ਅੱਗੇ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤੋ ਕਹਿੰਦੇ ਵੀ ਬੜਾ ਹੈਰਾਨ ਜਾ ਹੋ ਕੇ ਪੁੱਛਦਾ ਵੀ ਅੱਗੇ ਵੀ ਸੁਖਮਨੀ ਸਾਹਿਬ ਹੈ? ਤੇਦੇ ਵੀ ਹਾਂ ਹੈ ਆ ਅੱਗੇ ਵੀ ਤੇ ਹੈ ਕਹਿੰਦੇ ਧੰਨ ਜੀ ਤੁਸੀਂ ਸਾਰੇ ਪੜ ਜਾਂਦੇ ਜੇ ਮੈਂ ਤੇ ਇੱਕੋ ਹੀ ਪੜ ਕੇ ਇੰਨਾ ਹੋ ਗਿਆ ਵੀ ਮੇਰੇ ਚ ਅੱਗੇ ਹਿੰਮਤ ਵੀ ਨਹੀਂ ਰਹਿੰਦੀ ਵੀ ਗਾਵੇਂ ਪੜਨ ਵਾਲਾ ਕੁਝ ਹੈ ਕਿ ਨਹੀਂ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸਾਰਾ ਨਹੀਂ ਪੜ੍ਹਨਾ ਚਾਹੀਦਾ ਇੱਕ ਤਰੀਕਾ ਸੀ ਉਹਦਾ ਕਿ ਉਹਨੇ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਰਸਤੇ ਦੇ ਵਿੱਚ ਹੈ ਕੀ ਹੈ ਉਹਨੇ ਪੈਂਡੇ ਨਹੀਂ ਪੂਰੇ ਕੀਤੇ ਸਾਡੇ ਪੈਂਡੇ ਪੂਰੇ ਹੁੰਦੇ ਨੇ ਬਸ ਮਹਾਰਾਜ ਬਖਸ਼ ਲਵੇ ਤੁਸੀਂ ਰੋਜ਼ ਸੁਣਦੇ ਜੇ ਜਾਂ ਸੁਣਨ ਆਉਂਦੇ ਜੇ ਤੇ ਮੈਂ ਇਸ ਕਰਕੇ ਗੱਲਾਂ ਕਰ ਦਿੰਦਾ ਹਾਂ ਆਪ ਜੀ ਦੇ ਨਾਲ ਇਹੋ ਜੀਆਂ ਇਹ ਪਹਿਲੀ ਪਹਿਲੀ ਵਾਰ ਕੀਤੀਆਂ ਜਾਣ ਵਾਲੀਆਂ ਗੱਲਾਂ ਵੀ ਨਹੀਂ ਨੇ ਇਹ ਨਵਿਆਂ ਦੇ ਨਾਲ ਕੀਤੀਆਂ ਜਾਣ ਵਾਲੀਆਂ ਗੱਲਾਂ ਵੀ ਨਹੀਂ ਨੇ ਤੇ ਇਹ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿਸੇ ਵੇਲੇ ਬਿਲਕੁਲ ਬੇਸਿਕ ਗੱਲ ਆ ਜਾਂਦੀ ਹੈ ਤੇ ਕਿਸੇ ਵੇਲੇ ਬੜੇ ਉੱਚੇ ਜਿਹੇ ਲੈਵਲ ਦੀ ਗੱਲ ਆ ਜਾਂਦੀ ਹੈ ਮੈਂ ਨਹੀਂ ਕਹਿੰਦਾ ਕਿ ਮੈਂ ਸਮਝਾਉਣ ਵਾਲਾ ਹਾਂ ਇੱਥੇ ਬਾਬਾ ਕਬੀਰ ਕਿਰਪਾ ਕਰਦੇ ਨੇ ਕਿ ਕਿਹੜੇ ਕਿਹੜੇ ਸਬਜੈਕਟ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰ ਦੇਣੇ ਨੇ ਹੁਣ ਅਸੀਂ ਇਹਨੂੰ ਸਮਝਣਾ ਹੈ ਕਿ ਜੇ ਮਾਲਕ ਦਾ ਨਾਮ ਹਰ ਥਾਂ ਦੇ ਉੱਤੇ ਹੈ ਤੇ ਹਰ ਥਾਂ ਤੇ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਹਦੇ ਨਾਲ ਬਾਬਾ ਕਬੀਰ ਕਹਿੰਦੇ ਨੇ ਕਿ ਜਗਦੀਸ਼ ਦੀ ਜੋਤ ਤੋਂ ਬਿਨਾ ਨਹੀਂ ਸਮਝ ਆ ਸਕਦੀ ਇਹ ਜਗਦੀਸ਼ ਦੀ ਜੋਤ ਹੈ ਕੀ ਹੈ ਜਿਹਦੇ ਤੋਂ ਬਿਨਾ ਜੇ ਮਾਲਕ ਹੈ ਸਾਰੀਆਂ ਥਾਵਾਂ ਦੇ ਉੱਤੇ ਵੀ ਅਸੀਂ ਬੜੀ ਵਾਰ ਸੁਣਿਆ ਗੁਰਬਾਣੀ ਵੀ ਕਿੰਨਾ ਇਸ ਗੱਲ ਨੂੰ ਬੋਲਦੀ ਹੈ ਕਿ ਜਹਾਂ-ਜਾਂ ਵੇਖਾਂ ਤੈਂ ਹਜ਼ੂਰ ਅਸੀਂ ਕਿੰਨੀ ਵਾਰ ਪੜਿਆ ਵੀ ਰੱਬ ਹਰ ਥਾਂ ਦੇ ਉੱਤੇ ਆ ਸਾਡੀ ਤੇ ਗੱਲ ਹੀ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਨਾ ਬਾਬਾ ਕਬੀਰ ਨੇ ਉਹ ਗੱਲ ਬੋਲ ਦਿੱਤੀ ਆ ਵੀ ਹੈ ਤੇ ਸਾਰੀਆਂ ਥਾਵਾਂ ਦੇ ਉੱਤੇ ਆ ਰੱਬ ਦੀ ਜੋਤ ਤੋਂ ਬਿਨਾ ਇਹ ਨਹੀਂ ਜੇ ਸਮਝ ਆਉਂਦਾ ਇਹ ਕੀ ਹੈ ਜਗਦੀਸ਼ ਦੀ ਜੋਤ ਆ ਜਿਹੜਾ ਸ਼ਬਦ ਹੈ ਇੱਥੇ ਜੋਤ ਬਿਨਾ ਜਗਦੀਸ਼ ਕੀ జగਤ ਉਲੰਘੇ ਜਾਏ ਮਹਾਰਜ ਕਹਿੰਦੇ ਪੀ ਰੱਬ ਦੀ ਜੋਤ ਨਹੀਂ ਹੈ ਬੰਦੇ ਦੇ ਅੰਦਰ ਮਤਲਬ ਉਹਦੇ ਕੋਲ ਚਾਨਣ ਨਹੀਂ ਹੈ ਉਹ ਜਿਹਦੇ ਕਰਕੇ ਬੰਦਾ ਨਿਕਲੀ ਜਾਂਦਾ ਇੱਕ ਉਦਾਹਰਨ ਇਹਨੂੰ ਸਮਝ ਲਈਏ ਜਗ ਇੱਕ ਸਾਡੇ ਅੰਦਰ ਨਾ ਜਦੋਂ ਇੱਕ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੋਲ ਬੋਲਿਆ ਹੈ ਸਤਿਗੁਰੂ ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ ਸਾਰਿਆਂ ਦੇ ਅੰਦਰ ਸਤਿਗੁਰੂ ਕੀ ਕਹਿੰਦੇ ਨੇ ਵੀ ਮਾਲਕ ਦੀ ਜੋਤ ਹੈ ਇਹ ਸਿੱਧੇ ਸਿੱਧੇ ਅਰਥ ਅਸੀਂ ਇਦਾਂ ਸਮਝਦੇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਉਹਦੇ ਚਾਨਣ ਦੇ ਦੁਆਰਾ ਸਾਰਿਆਂ ਦੇ ਵਿੱਚ ਚਾਨਣ ਹੁੰਦਾ ਹੈ ਇੱਕ ਤੇ ਹੈ ਸਾਡੀਆਂ ਅੱਖਾਂ ਇੱਕ ਨੇ ਸਾਡੇ ਕੰਨ ਇਹ ਸਾਡਾ ਬਾਹਰਲਾ ਹਿੱਸਾ ਹੈ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਨਾ ਇਹਨਾਂ ਸਾਰਿਆਂ ਦੇ ਪਿੱਛੇ ਇੱਕ ਤਾਕਤ ਕੰਮ ਕਰਦੀ ਪਈ ਹੈ ਉਹ ਹੈ ਜੋਤ ਜੇ ਉਹ ਨਾ ਹੋਵੇ ਤੇ ਅੱਖਾਂ ਵੀ ਨਹੀਂ ਕੋਈ ਕੰਮ ਕਰਦੀਆਂ ਭਾਵੇਂ ਕਿੰਨੀ ਵੀ ਨਿਗਾਹ ਇਹਨਾਂ ਦੇ ਵਿੱਚ ਹੋਵੇ ਜਿਹੜਾ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦੀਆਂ ਅੱਖਾਂ ਕੰਮ ਕਰਨੋਂ ਹਟ ਜਾਂਦੀਆਂ ਨੇ ਹਾਲਾਂਕਿ ਬਦਲ ਕੇ ਦੂਸਰੇ ਦੇ ਵਿੱਚ ਪਾਦੋ ਤੇ ਉੱਥੇ ਕੰਮ ਕਰਨ ਲੱਗ ਪੈਂਦੀਆਂ ਨੇ ਇੱਕ ਜੋਤ ਕੰਮ ਕਰਦੀ ਹੈ ਉਹਦੇ ਪਿੱਛੇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਪਰਮਾਰਥ ਕਹਿੰਦੇ ਵੀ ਇਸ ਜੋਤ ਨੂੰ ਮਹਿਸੂਸ ਕਿਦਾਂ ਕੀਤਾ ਜਾ ਸਕੇ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਤੋਂ ਇਹ ਜੋਤ ਪ੍ਰਗਟ ਹੁੰਦੀ ਹੈ ਇਹ ਚਾਨਣ ਪ੍ਰਗਟ ਹੁੰਦਾ ਹੈ ਜੋਤੀ ਸੁਭਾਵੇ ਸੋ ਆਰਤੀ ਹੋਏ ਮਰਦ ਕਹਿੰਦੇ ਫਿਰ ਜੋ ਵੀ ਰੱਬ ਨੂੰ ਪਾਉਂਦਾ ਹੈ ਨਾ ਸਾਰਾ ਕੁਝ ਹੀ ਆਰਤੀ ਹੋਈ ਜਾਂਦੀ ਹੈ ਸਾਰੀ ਚੀਜ਼ ਹੀ ਆਰਤੀ ਹੋਈ ਜਾਂਦੀ ਹੈ ਫਿਰ ਇਦਾਂ ਦੀ ਆਰਤੀ ਨਹੀਂ ਹੈ ਕਿ ਇਹ ਸ਼ਾਮਾਂ ਦੇ ਟਾਈਮ ਹੋਣੀ ਆ ਜਾਂ ਸਵੇਰ ਦੇ ਟਾਈਮ ਹੋਣੀ ਆ ਨਹੀਂ ਜੋ ਕੁਝ ਹੋ ਰਿਹਾ ਹੈ ਉਹੀ ਹੋਈ ਜਾਂਦਾ ਹੈ ਬਸ ਉਹੀ ਆਰਤੀ ਹੈ ਉਹੀ ਰੱਬ ਦੀ ਉਸਤਤ ਜਿਹਨੂੰ ਬਾਬਾ ਕਬੀਰ ਕਹਿੰਦੇ ਹਰ ਥਾਂ ਤੇ ਮੋਤੀ ਖਿਲਰੇ ਪਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਰ ਥਾਂ ਤੇ ਆਰਤੀ ਹੋ ਰਹੀ ਹੈ ਬਾਬਾ ਨਾਮਦੇਵ ਕਹਿੰਦੇ ਹਰ ਥਾਂ ਤੇ ਉਹਨੂੰ ਵੇਖਿਆ ਜਾ ਸਕਦਾ ਹੈ ਪਰ ਉਹਦੀ ਵੇਖਣ ਦੇ ਲਈ ਇੱਕ ਦ੍ਰਿਸ਼ਟੀ ਚਾਹੀਦੀ ਹੈ ਇੱਕ ਨਿਗਾਹ ਚਾਹੀਦੀ ਹੈ ਤੇ ਮਰਜ਼ ਬਖਸ਼ ਲਵੇ ਮੈਂ ਆਪ ਜੀ ਦੇ ਅੱਗੇ ਨਿਗਾਹ ਦੇ ਬਾਰੇ ਜੋ ਕੁਝ ਪੜਿਆ ਹੈ ਮੈਂ ਰੱਖ ਦਵਾਂ ਤੇ ਸਤਿਗੁਰੂ ਏਦਾਂ ਦੀ ਕਿਤੇ ਕਿਰਪਾ ਕਰ ਦੇਵੇ ਸਾਡੀ ਨਿਗਾਹ ਏਦਾਂ ਦੀ ਬਣ ਜਾਵੇ ਫਿਰ ਖੜੇ ਨਹੀਂ ਛੁੱਟਦੇ ਹੁੰਦੇ ਫਿਰ ਨਹੀਂ ਲੱਗਦਾ ਵੀ ਅਸੀਂ ਛੱਡਾਂਗੇ ਫਿਰ ਛੁੱਟਦਾ ਵੀ ਨਹੀਂ ਹੈ ਕਿਉਂਕਿ ਜਿਹੜੇ ਬੰਦੇ ਨੇ ਮੂਰਤੀ ਅੱਗੇ ਬੈਠ ਕੇ ਪੂਜਾ ਕਰਨੀ ਹੈ ਨਾ ਉਹਦੇ ਕੋਲ ਟਾਈਮ ਹੈ ਉਹ ਮਨ ਨੂੰ ਪਿੱਛੇ ਲੈ ਕੇ ਜਾ ਸਕਦਾ ਵੀ ਹੁਣ ਮੈਂ ਕਿਹੜਾ ਮੂਰਤੀ ਦੇ ਸਾਹਮਣੇ ਹਾਂ ਵੀ ਹੁਣ ਮੈਂ ਮੂਰਤੀ ਦੇ ਸਾਹਮਣੇ ਨਹੀਂ ਹਾਂ ਤੇ ਮੈਂ ਕਹਿ ਸਕਦਾ ਵੀ ਮੈਨੂੰ ਕੀ ਮੂਰਤੀ ਦਾ ਪਤਾ ਸੀ ਜਿਹੜੇ ਬੰਦੇ ਨੇ ਕਿਸੇ ਚੀਜ਼ਾਂ ਦੀ ਪੂਜਾ ਕਰਨੀ ਹੈ ਉਹ ਚੀਜ਼ਾਂ ਤੋਂ ਪਰੇ ਹੋ ਗਿਆ ਤੇ ਉਹ ਆਪਣਿਆ ਵੀ ਕਹਿ ਸਕਦਾ ਵੀ ਹੁਣ ਕਿਹੜਾ ਮੇਰੇ ਸਾਹਮਣੇ ਸੀ ਜਿਹੜੇ ਬੰਦੇ ਨੇ ਹਰ ਥਾਂ ਦੇ ਉੱਤੇ ਰੱਬ ਨੂੰ ਮਹਿਸੂਸ ਕਰਨਾ ਹੈ ਉਹ ਅਸਲ ਦੇ ਵਿੱਚ ਆਪਣੀ ਨਿਗਾਹ ਦੀ ਨਾਲ ਪੂਜਾ ਕਰਦਾ ਹੈ ਆਪਣੀ ਨਜ਼ਰ ਦੇ ਨਾਲ ਪੂਜਾ ਕਰਦਾ ਹੈ ਤੇ ਹੁਣ ਮੂਰਤੀ ਤੋਂ ਪਰੇ ਹੋ ਗਈ ਆਪਣੀ ਨਿਗਾਹ ਤੋਂ ਕਿਦਾਂ ਪਰੇ ਹੋ ਜਾਵੇਗਾ ਜਿੱਥੇ ਵੇਖੇਗਾ ਮੂਰਤੀ ਨਹੀਂ ਵੇਖਦਾ ਪਿਆ ਤੇ ਕੀ ਕੁਝ ਹੋਰ ਵੀ ਨਹੀਂ ਵੇਖੇਗਾ ਇਸ ਕਰਕੇ ਜਿਹੜਾ ਸ਼ਬਦ ਦਾ ਪੁਜਾਰੀ ਬੰਦਾ ਹੁੰਦਾ ਹੈ ਜਿਹੜਾ ਹਰ ਥਾਂ ਤੇ ਮਾਲਕ ਨੂੰ ਮਹਿਸੂਸ ਕਰਦਾ ਹੈ ਉਹ ਨਹੀਂ ਛੱਡ ਸਕਦਾ ਉਹਨਾਂ ਦਾ ਪਲ-ਪਲ ਵੀ ਜਿਹੜਾ ਹੈ ਉਹ ਨਹੀਂ ਨਿਕਲਦਾ ਮਾਲਕ ਦੀ ਯਾਦ ਤੋਂ ਬਿਨਾਂ ਇਹ ਥੋੜਾ ਜਿਹਾ ਔਖਾ ਜਿਹਾ ਸੂਤਰ ਹੈ ਪਰ ਆਪ ਜੀ ਇਹਨੂੰ ਸਮਝ ਲਿਓ ਮੈਂ ਕਹਿੰਦਾ ਜੀ ਮੈਂ ਕਿਸੇ ਚੀਜ਼ ਨੂੰ ਵੇਖਦਾ ਹਾਂ ਤੇ ਫਿਰ ਮੈਨੂੰ ਰੱਬ ਚੇਤੇ ਆਉਂਦਾ ਪਰ ਇੱਕ ਗੱਲ ਹੈ ਮੈਂ ਜਿੱਥੇ ਵੇਖਦਾ ਹਾਂ ਮੈਨੂੰ ਨਿਗਾਹ ਦੇ ਵਿੱਚੋਂ ਹੀ ਰੱਬ ਨਜ਼ਰ ਆ ਰਿਹਾ ਹੈ ਥੋੜਾ ਜਿਹਾ ਫਰਕ ਹੈ ਦੋਵਾਂ ਨਿਗਾਹ ਦੇ ਵਿੱਚ ਇੱਕ ਚੀਜ਼ਾਂ ਨੂੰ ਵੇਖ ਕੇ ਚੇਤੇ ਆਉਣਾ ਹੈ ਚੀਜ਼ ਨਹੀਂ ਚੇਤੇ ਆਈ ਤੇ ਨਹੀਂ ਚੇਤੇ ਆਇਆ ਰੱਬ ਇੱਕ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਆਪ ਜੀ ਦੇ ਅੱਗੇ ਹੋਰ ਗੱਲ ਕਹਿ ਦੇਵਾਂ ਆਪਾਂ ਚੀਜ਼ਾਂ ਨੂੰ ਕਿੱਦਾਂ ਵੇਖਦੇ ਹਾਂ ਇੰਨਾ ਕੁ ਫਰਕ ਹੁੰਦਾ ਹੈ ਮੈਂ ਤੇ ਥੋੜੇ ਦਿਨ ਪਹਿਲਾਂ ਹੀ ਸਿੱਖਿਆ ਇਸ ਗੱਲ ਨੂੰ ਜਿਆਦਾ ਲੰਮਾ ਵੀ ਨਹੀਂ ਹੈ ਅਜੇ ਤਾਜ਼ਾ-ਤਾਜ਼ਾ ਹੈ ਤੇ ਸ਼ਾਇਦ ਇਸ ਕਰਕੇ ਜਿਆਦਾ ਵਧੀਆ ਲੱਗ ਗਿਆ ਮੈਂ ਜਦੋਂ ਕਿਸੇ ਨੂੰ ਵੇਖਦਾ ਹਾਂ ਤੇ ਕਿੱਦਾਂ ਵੇਖਦਾ ਹਾਂ ਦੋ ਤਰੀਕੇ ਨੇ ਮੇਰੀ ਦ੍ਰਿਸ਼ਟੀ ਦੇ ਵਿੱਚ ਵੇਖਣ ਦੇ ਆਪਜੀ ਦੇ ਆਪਣੇ ਹੋ ਸਕਦੇ ਨੇ ਕਿਉਂਕਿ ਸਾਧਨਾ ਹਰ ਇੱਕ ਦੀ ਵੱਖਰੀ ਹੋ ਸਕਦੀ ਹੈ ਕਿਸੇ ਨਾਲ ਮਿਲਦੀ ਨਹੀਂ ਮੇਰੇ ਦੋ ਤਰੀਕੇ ਨੇ ਜਾਂ ਤਾਂ ਮੈਂ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਸਮਝ ਕੇ ਵੇਖਦਾ ਹਾਂ ਗੁਰਦੁਆਰੇ ਦੇ ਅੰਦਰ ਤੇ ਜਾਂ ਕੋਈ ਥੋੜਾ ਜਿਹਾ ਹੋਰ ਤਰੀਕਾ ਹੈ ਮੈਂ ਉਸ ਤਰੀਕੇ ਦੇ ਨਾਲ ਵੇਖਦਾ ਉਸ ਤਰੀਕੇ ਨਾਲ ਵੇਖਿਆ ਨਾ ਫਰਕ ਪੈ ਜਾਂਦਾ ਹੈ ਇੱਕ ਦ੍ਰਿਸ਼ਟੀ ਹੁੰਦੀ ਹੈ ਜਿਹੜੀ ਅਸੀਂ ਆਮ ਇਹਨਾਂ ਅੱਖਾਂ ਦੇ ਨਾਲ ਵੇਖਦੇ ਚਲੋ ਉਹ ਗੱਲ ਮੈਂ ਬਾਅਦ ਦੇ ਵਿੱਚ ਸ਼ੁਰੂ ਕਰਾਂਗਾ ਪਹਿਲਾਂ ਇੱਕ ਹੋਰ ਆਪਜੀ ਦੇ ਅੱਗੇ ਗੱਲ ਸ਼ੁਰੂ ਕਰ ਦੇਵਾਂ ਸਾਡੇ ਕੋਲ ਨਾ ਤਿੰਨ ਦ੍ਰਿਸ਼ਟੀਆਂ ਹੁੰਦੀਆਂ ਨੇ ਤਿੰਨ ਨਿਗਾਹ ਹੁੰਦੀਆਂ ਨੇ ਇੱਕ ਹੁੰਦੀ ਹੈ ਆਮ ਨਿਗਾਹ ਜਿਹੜਾ ਆ ਅਸੀਂ ਇੱਕ ਦੂਜੇ ਨੂੰ ਵੇਖਦੇ ਪਏ ਹਾਂ ਇੱਕ ਇਹ ਨਿਗਾਹ ਹੈ ਇੱਕ ਇਸ ਦ੍ਰਿਸ਼ਟੀ ਤੋਂ ਉੱਤੇ ਇੱਕ ਇਸ ਤ੍ਰਿਸ਼ਟੀ ਤੋਂ ਉੱਤੇ ਹੁੰਦੀ ਹੈ ਜਿਹਨੂੰ ਕਵੀ ਦੀ ਨਿਗਾਹ ਕਿਹਾ ਜਾਂਦਾ ਹੈ ਇੱਕ ਇਹਦੇ ਤੋਂ ਵੀ ਉੱਤੇ ਨਿਗਾਹ ਹੁੰਦੀ ਹੈ ਜਿਹਨੂੰ ਮਹਾਰਜ ਕਹਿੰਦੇ ਨੇ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰ ਸ਼ਬਦੀ ਮੰਤਿਰਾ ਉਹ ਦ੍ਰਿਗ ਦ੍ਰਿਸ਼ਟੀ ਕਿਹਾ ਜਾਂਦਾ ਹੈ ਉਹਨੂੰ ਦੇ ਲੰਮੀ ਨਦਰ ਨਿਹਾਲੀਆ ਵਾਲੀ ਜਿਹੜੀ ਗੱਲ ਕੀਤੀ ਜਾਂਦੀ ਹੈ ਇੱਕ ॠषि ਜਾਗਵਲਕ ਹੋਏ ਨੇ ਤੇ ਰਾਜਾ ਜਨਕ ਹੋਇਆ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਵਾਰਤਾ ਲਾਪਿਆ ਤੇ ਉਹਦੇ ਵਿੱਚੋਂ ਰਾਜਾ ਜਨਕ ਨਾ ਕੁਐਸਚਨ ਕਰਦਾ ਹੈ ਇੱਕ ਕੁਐਸਚਨ ਇਹ ਕੀਤਾ ਜਾਂਦਾ ਹੈ ਵੀ ਆਹ ਜਿਹੜੀ ਦੁਨੀਆ ਦੇਖਦੀ ਹੈ ਇਹਨੂੰ ਬੰਦਾ ਕਿਵੇਂ ਵੇਖਦਾ ਹੈ ਤੇ ਅੱਗੋਂ ਜਿਹੜਾ ਜਾਗਵਲ ਕ੍ਰਿਸ਼ੀ ਹੈ ਉਹ ਇਹ ਕਹਿੰਦਾ ਹੈ ਕਿ ਜਦੋਂ ਦਿਨ ਦਾ ਚੰਨ ਹੋਵੇ ਤੇ ਬੰਦਾ ਸੂਰਜ ਦੇ ਨਾਲ ਇਹ ਚੀਜ਼ ਨੂੰ ਵੇਖਦਾ ਹੈ ਇੱਕ ਤੇ ਸਾਡੀ ਨਿਗਾਹ ਹੈ ਪਰ ਜੇ ਲਾਈਟ ਨਾ ਹੋਵੇ ਅਸੀਂ ਤਾਂ ਵੀ ਨਹੀਂ ਵੇਖ ਸਕਦੇ ਆ ਹੁਣ ਸਾਰਾ ਕੁਝ ਸਾਨੂੰ ਇੱਕ ਦੂਸਰੇ ਦਾ ਸ਼ਕਲਾਂ ਨਜ਼ਰ ਆਉਂਦੀਆਂ ਨੇ ਹੁਣੇ ਲਾਈਟ ਬੰਦ ਹੋ ਜਵੇ ਦੇਖਣਾ ਹੀ ਹਟ ਜਾਵੇ ਹਾਲਾਂਕਿ ਅੱਖਾਂ ਵੇਖਦੀਆਂ ਨੇ ਸਾਡੀ ਅੱਖ ਨੂੰ ਵੀ ਵੇਖਣ ਦੇ ਲਈ ਲਾਈਟ ਚਾਹੀਦੀ ਹੈ ਨਹੀਂ ਤੇ ਅੱਖਾਂ ਹੁਣ ਦੇ ਬਾਵਜੂਦ ਵੀ ਕੁਝ ਨਹੀਂ ਵੇਖ ਪਾਉਂਦੀਆਂ ਦਿਨ ਦਾ ਚਾਨਣ ਹੋਵੇ ਤੇ ਬੰਦਾ ਸੂਰਜ ਦੀ ਹੈਲਪ ਦੇ ਨਾਲ ਚੀਜ਼ਾਂ ਵੇਖਦਾ ਹੈ ਫਿਰ ਉਹ ਕਹਿੰਦਾ ਵੀ ਰਾਤ ਦਾ ਚੰਨ ਰਾਤ ਹੋਵੇ ਤੇ ਬੰਦਾ ਚੰਦਰਮਨ ਦੀ ਰੋਸ਼ਨੀ ਦੇ ਨਾਲ ਵੇਖਦਾ ਹੈ ਵੀ ਕਿਹੜੀ ਚੀਜ਼ ਕਿਵੇਂ ਪਈ ਹੋਈ ਹੈ ਜੇ ਇਹ ਦੋਵੇਂ ਹੀ ਨਾ ਹੋਣ ਤੇ ਬੰਦਾ ਕਿਵੇਂ ਵੇਖੇਗਾ ਫਿਰ ਬੰਦਾ ਵੇਖੇਗਾ ਅੱਗ ਬਾਲ ਕੇ ਅੱਗ ਜਲਾ ਕੇ ਤੇ ਬੜੇ ਪਹਿਲਾਂ ਟਾਈਮ ਦੀ ਗੱਲ ਹੈ ਨਾ ਵੀ ਇਲੈਕਟ੍ਰਿਸਿਟੀ ਹੈ ਨਹੀਂ ਸੀ ਤੇ ਹੋਈ ਤਿੰਨ ਸਹੂਲਤਾਂ ਸੀ ਬੰਦੇ ਦੇ ਕੋਲ ਹੁਣ ਅਸੀਂ ਕਿੱਦਾਂ ਵੇਖਾਂਗੇ ਅਸੀਂ ਲਾਈਟ ਜਗਾ ਕੇ ਵੇਖਾਂਗੇ ਇੱਕ ਦੂਸਰੇ ਨੂੰ ਤੇ ਉਹ ਅਗੂ ਫਿਰ ਸਵਾਲ ਕਰਦਾ ਹੈ ਕਿ ਜੇ ਇਹ ਤਿੰਨੇ ਚੀਜ਼ਾਂ ਨਾ ਅਵੇਲੇਬਲ ਹੋਣ ਜਨਕ ਅਗੂ ਸਵਾਲ ਕਰਦਾ ਹੈ ਕਿ ਜੇ ਇਹ ਤਿੰਨੇ ਚੀਜ਼ਾਂ ਨਾ ਹੋਣ ਫਿਰ ਬੰਦਾ ਕਿੱਦਾਂ ਵੇਖਦਾ ਤੇ ਫਿਰ ॠषि ਕਹਿੰਦੇ ਨੇ ਫਿਰ ਬੰਦਾ ਵੇਖਦਾ ਆਪਣੇ ਅੰਦਰ ਦੀ ਦ੍ਰਿਸ਼ਟੀ ਦੇ ਨਾਲ ਜੇ ਇਹ ਤਿੰਨ ਚੀਜ਼ਾਂ ਨਹੀਂ ਨੇ ਨਾ ਤੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਿਨਾ ਬੰਦਾ ਅੰਦਰ ਦੀ ਦ੍ਰਿਸ਼ਟੀ ਦੇ ਨਾਲ ਵੇਖਦਾ ਹੈ ਔਰ ਵੇਖ ਲਿਓ ਮੈਂ ਬੇਨਤੀ ਕੀਤੀ ਸੀ ਸਾਡੇ ਲਈ ਸਾਰਾ ਸੰਸਾਰ ਹੈ ਰੰਗ ਸਾਰੇ ਸਾਡੇ ਲਈ ਨੇ ਜਿੰਨੂੰ ਮਾਲਕ ਨੇ ਜਨਮ ਤੋਂ ਅੱਖਾਂ ਨਹੀਂ ਦਿੱਤੀਆਂ ਉਹਦੇ ਲਈ ਸੰਸਾਰ ਕਿਵੇਂ ਦਾ ਹੈ ਉਹ ਕਿਦਾਂ ਵੇਖਦਾ ਹੈ ਸੰਸਾਰ ਨੂੰ ਉਹਨੂੰ ਕੀ ਪਤਾ ਵੀ ਕਾਲਾ ਰੰਗ ਕੀ ਤੇ ਚਟਾ ਰੰਗ ਕੀ ਇਹ ਤਾਂ ਸਾਨੂੰ ਸਮਝ ਆ ਨਾ ਉਹਨੂੰ ਕੀ ਹੈ ਉਹਨੇ ਸਿਰਫ ਮਹਿਸੂਸ ਕੀਤਾ ਹੋਇਆ ਹੈ ਉਹਨੂੰ ਕਿਹਾ ਜਾਂਦਾ ਹੈ ਇਦਾਂ ਸਮਝ ਲਈਏ ਕਿ ਅੰਤਰ ਦ੍ਰਿਸ਼ਟੀ ਹੈ ਇੱਕ ਜੋਤਜੀ ਦੀ ਗੱਲ ਹੈ ਵੀ ਜਿਹੜੀ ਉਹ ਪੈਦਾ ਹੋਣੀ ਚਾਹੀਦੀ ਹੈ ਸਾਡੇ ਸਾਰਿਆਂ ਦੇ ਅੰਦਰ ਉਸ ਦ੍ਰਿਸ਼ਟੀ ਦੇ ਨਾਲ ਜਦੋਂ ਤੱਕ ਅਸੀਂ ਇਸ ਦੁਨੀਆ ਨੂੰ ਨਹੀਂ ਵੇਖਦੇ ਮੋਟੀ-ਮੋਟੀ ਅੱਖ ਦੇ ਨਾਲ ਹੀ ਵੇਖਦੇ ਆਂ ਕਿ ਜੋ ਕੁਝ ਹੈ ਉਹੀ ਠੀਕ ਹੈ ਫਿਰ ਅਸੀਂ ਫਸ ਜਾਂਦੇ ਹਾਂ ਕਿਉਂਕਿ ਫਿਰ ਸਾਨੂੰ ਹਰ ਇੱਕ ਚੀਜ਼ ਇੱਕ ਆਪਣੇ ਉਹ ਰੂਪ ਦੇ ਵਿੱਚ ਹੁੰਦੀ ਹੈ ਇਹ ਪਤਾ ਨਹੀਂ ਕਿੰਦਾ ਦਾਾਰਸ਼ਨਿਕ ਜਿਹਾ ਵਿਸ਼ਾ ਹੈ ਪਰ ਸਮਝ ਲਿਓ ਇਹਨੂੰ ਇਹ ਇੱਕ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਉਦਾਂ ਹੀ ਦਿਸਦੀ ਹੈ ਜਿੱਦਾਂ ਉਹ ਨਜ਼ਰ ਆ ਰਹੀ ਹੈ ਪਰ ਇੱਕ ਚੀਜ਼ ਉਹ ਇੱਕ ਨਿਗਾਹ ਉਹ ਹੈ ਜਿਹੜੀ ਉਹਨੂੰ ਵੇਖਦੀ ਹੈ ਇਹ ਕਹਿ ਦਿੰਦੀ ਹੈ ਵੀ ਨਹੀਂ ਇਹ ਜਿਆਦਾ ਲੰਮਾ ਸਮਾਂ ਰਹਿਣ ਵਾਲੀ ਨਹੀਂ ਹੈ ਕੋਈ ਕੱਪੜਾ ਖਰੀਦਣ ਚਲੇ ਗਏ ਵੇਖਣ ਨੂੰ ਬੜਾ ਸੋਹਣਾ ਲੱਗਦਾ ਉਹਨੂੰ ਹੱਥ ਲਾ ਕੇ ਵੇਖ ਲਿਆ ਉਸੇ ਵੇਲੇ ਕਹਤਾ ਵੀ ਨਹੀਂ ਇਹ ਜਿਆਦਾ ਚਿਰ ਨਹੀਂ ਕੱਡੇਗਾ ਫੁੱਲ ਬੜਾ ਚਮਕਦਾਰ ਲੱਗਦਾ ਪਿਆ ਹੈ ਬੜਾ ਵਧੀਆ ਲੱਗਦਾ ਪਿਆ ਹੈ ਸਾਨੂੰ ਪਤਾ ਲੱਗ ਗਿਆ ਵੀ ਇੱਕ ਨਿਗਾਹ ਤੇ ਕਹਿ ਲਈ ਵੀ ਬੜੇ ਕਮਾਲ ਦੀ ਚੀਜ਼ ਹੈ ਪਰ ਦੂਜੀ ਵਾਰ ਮਨ ਦੇ ਵਿੱਚ ਕੀ ਖਿਆਲ ਆ ਰਿਹਾ ਹੈ ਨਹੀਂ ਇਹ ਜਿਆਦਾ ਚਿਰ ਰਹਿਣ ਵਾਲਾ ਨਹੀਂ ਹੈ ਇਹਨੇ ਅੱਜ ਨਹੀਂ ਤਾਂ ਕੱਲ ਨੂੰ ਇਹਨੇ ਮਰ ਜਾਣਾ ਹੈ ਦੋ ਦ੍ਰਿਸ਼ਟੀਆਂ ਤਾਂ ਸਾਡੀਆਂ ਉੱਥੇ ਹੀ ਹੋਈ ਪਈਆਂ ਨੇ ਆਮ ਕਰਕੇ ਜਿਹੜੀ ਚੀਜ਼ ਨੂੰ ਅਸੀਂ ਸਿਰਫ ਇੱਕ ਇਦਾਂ ਹੀ ਲੰਘ ਜਾਂਦੇ ਆ ਨਾ ਸਾਡੇ ਲਈ ਕੁਝ ਨਹੀਂ ਹੁੰਦਾ ਕਵੀ ਉਦਾਂ ਨਹੀਂ ਲੰਘਦਾ ਜਿਹੜੇ ਬਾਜ਼ਾਰਾਂ ਦੇ ਵਿੱਚੋਂ ਅਸੀਂ ਇਦਾਂ ਨਿਕਲ ਜਾਂਦੇ ਆ ਨਾ ਵੀ ਸਾਡੇ ਲਈ ਸਿਰਫ ਇਹੋ ਜੀਆਂ ਚੀਜ਼ਾਂ ਟਿਕੀਆਂ ਰਹਿੰਦੀਆਂ ਨੇ ਵੀ ਕੀ ਐ ਸਾਡੇ ਲਈ ਸਾਡੇ ਲਈ ਮੰਨ ਲਓ ਕਿ ਦੁਕਾਨ ਤੇ ਕਪੜੇ ਟੰਗੇ ਹੋਏ ਨੇ ਜਾਂ ਬਾਜ਼ਾਰ ਦੀਆਂ ਦੁਕਾਨਾਂ ਦੀ ਵਿੱਚ ਚੀਜ਼ਾਂ ਬਾਹਰ ਨਿਕਲੀਆਂ ਨੇ ਸਾਡੇ ਲਈ ਕੀ ਐ ਬਸ ਆਮ ਚੀਜ਼ਾਂ ਬਾਹਰ ਨਿਕਲੀਆਂ ਨੇ ਹੁਣ ਉਹਨਾਂ ਗਲੀਆਂ ਚੋਂ ਕਵੀ ਨਿਕਲਦਾ ਤੇ ਕਵੀ ਇਦਾਂ ਨਹੀਂ ਨਿਕਲਦਾ ਕਵੀ ਲਈ ਕਵਤਾ ਹੁੰਦੀ ਹੈ ਹਰ ਇੱਕ ਥਾਂ ਦੇ ਉੱਤੇ ਉਹ ਹਰ ਥਾਂ ਤੇ ਕਵਤਾ ਬਣਾ ਲੈਂਦਾ ਉਹ ਲਿਖਿਆ ਹੈ ਕਿਸੇ ਨੇ ਤੇ ਉਹ ਕਹਿੰਦੇ ਨੇ ਵੀ ਵੇਖੋ ਜਦੋਂ ਆਮ ਬੰਦਾ ਲੰਗਦਾ ਲੰਗਦਾ ਨਾ ਤੇ ਉਹਨੂੰ ਕਿਤੇ ਦਰਖਤਾਂ ਦੇ ਉੱਤੇ ਜਿਹੜੇ ਫਲ ਲੱਗੇ ਹੋਏ ਉਹਨਾਂ ਨੂੰ 베ਰੀਆਂ ਤੇ 베ਰ ਹੀ ਨਜ਼ਰ ਆਉਂਦੇ ਨੇ ਕਵੀ ਨੂੰ 베ਰ ਨਜ਼ਰ ਨਹੀਂ ਆਉਂਦੇ ਕਵੀ ਨੂੰ ਕਵਤਾ ਨਜ਼ਰ ਆਉਂਦੀ ਹੈ ਕਿੰਨਾ ਹੈ ਤਰੇਲ ਦੀਆਂ ਬੂੰਦਾਂ ਅਸੀਂ ਕਿੰਨੀ ਵਾਰ ਵੇਖੀਆਂ ਕਵੀਆਂ ਨੇ ਕਿੰਨਾ ਕੁਝ ਤਰੇਲ ਦੀਆਂ ਬੂੰਦਾਂ ਤੇ ਲਿਖ ਦਿੱਤਾ ਸਾਨੂੰ ਸਿਰਫ ਤਾਰੇ ਨਜ਼ਰ ਆਉਂਦੇ ਨੇ ਕਵੀਆਂ ਨੇ ਤਾਰਿਆਂ ਦੇ ਉੱਤੇ ਕਿੰਨਾ ਕੁਝ ਲਿਖ ਦਿੱਤਾ ਇਹਦਾ ਮਤਲਬ ਹੈ ਇੱਕ ਆਮ ਜੀ ਨਿਗਾਹ ਦੇ ਨਾਲ ਇੱਕ ਨਿਗਾਹ ਇਦਾਂ ਦੀ ਤੇ ਹੈ ਜਿਹੜੀ ਕੁਝ ਹੋਰ ਵੇਖ ਲੈਂਦੀ ਹੈ। ਔਰ ਇਹ ਨਿਗਾਹ ਵੀ ਕੰਪਲੀਟ ਨਹੀਂ ਹੈ। ਇਹਨੂੰ ਇਦਾਂ ਨਾ ਸਮਝ ਜੀਏ ਠੀਕ ਹੈ ਆਰਟ ਹੋਣਾ ਚਾਹੀਦਾ ਹੈ ਚੀਜ਼ਾਂ ਨੂੰ ਵੇਖਣ ਦਾ ਵੀ ਮੈਂ ਜਦੋਂ ਕਿਸੇ ਜਿੱਦਾਂ ਇਹ ਸਾਨੂੰ ਵੀ ਮਾਲਕ ਨੇ ਦਾਤ ਦਿੱਤੀ ਹੈ ਚਲੋ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਗੁਰਦੁਆਰਾ ਵੇਖਣਾ ਤੇ ਬਿਲਡਿੰਗ ਵੇਖਣ ਦੇ ਵਿੱਚ ਬੜਾ ਫਰਕ ਹੈ। ਅਸੀਂ ਬਿਲਡਿੰਗ ਨਹੀਂ ਵੇਖਦੇ ਗੁਰਦੁਆਰਾ ਵੇਖਦੇ ਹਾਂ। ਇੰਨਾ ਕੁ ਫਰਕ ਹੈ। ਬਹੁਤਿਆਂ ਲਈ ਉਹ ਬਿਲਡਿੰਗ ਹੋ ਸਕਦੀ ਹੈ। ਸਾਡੇ ਲਈ ਇਹ ਬਿਲਡਿੰਗ ਨਹੀਂ ਹੈ ਸਾਡੇ ਲਈ ਗੁਰਦੁਆਰਾ ਹੈ। ਇੰਨਾ ਤਾਂ ਫਰਕ ਹੈ ਇਹ ਮਾਲਕ ਨੇ ਨਿਗਾ ਬਖਸ਼ੀ ਤੇ ਹੈ ਪਰ ਕਵੀ ਦੇ ਕੋਲ ਥੋੜੀ ਜੀ ਜ਼ਿਆਦਾ ਹੁੰਦੀ ਹੈ ਇਸ ਪਾਸੇ ਤੋਂ ਪਰ ਇਹਦੇ ਵਿੱਚ ਇੱਕ ਦਿੱਕਤ ਵੀ ਆ ਜਾਂਦੀ ਹੈ ਬੰਦੇ ਫਸ ਜਾਂਦੇ ਨੇ ਨਿਗਾ ਦੇ ਵਿੱਚ ਨਹੀਂ ਨਿਕਲ ਪਾਉਂਦੇ ਔਰ ਉਹਨਾਂ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ ਇਹ ਜਿਹੜੀ ਮੈਂ ਹਵਾਲਾ ਆਪਜੀ ਦੇ ਅੱਗੇ ਰੱਖਦਾ ਪਿਆ ਭਾਈ ਵੀਰ ਸਿੰਘ ਉਹਨਾਂ ਦੇ ਭਰਾ ਨੇ ਡਾਕਟਰ ਬਲਵੀਰ ਸਿੰਘ ਤੇ ਉਹਨਾਂ ਨੇ ਲਿਖੀ ਇਹ ਕਿਤਾਬ ਲੰਮੀ ਨਜ਼ਰ ਉਹਦੇ ਵਿੱਚ ਇਹ ਸਾਰਾ ਹਵਾਲਾ ਹੈ ਉਹ ਕਹਿੰਦੇ ਇੱਕ ਵਾਰ ਨਾ ਕਿਸੇ ਕਵੀ ਨੇ ਕਿਸੇ ਪੇਂਟਰ ਨੇ ਬੜੀ ਕਮਾਲ ਦੀ ਪੇਂਟਿੰਗ ਬਣਾਈ ਤੇ ਉਹਨੂੰ ਵੇਖਣ ਦੇ ਲਈ ਉੱਥੋਂ ਦੀ ਜਿਹੜੀ ਰਾਜਕੁਮਾਰੀ ਸੀ ਉਹਨੂੰ ਵਿਖਾਉਣ ਦੇ ਲਈ ਗਏ ਵੀ ਤੂੰ ਆ ਪੇਂਟਿੰਗ ਵੇਖ ਬੜੇ ਕਮਾਲ ਦੀ ਪੇਂਟਿੰਗ ਹੈ। ਔਰ ਵਾਕਿਆ ਇਹ ਦੀ ਕਮਾਲ ਦੀ ਸੀ ਵੀ ਜਿਹੜੀ ਰਾਜਕੁਮਾਰੀ ਸੀ ਨਾ ਉਹਨੂੰ ਵੇਖਦਿਆਂ ਬੱਸ ਉਹਦਾ ਕਹਿੰਦੇ ਵੀ ਅੱਖਾਂ ਉਹਦੀਆਂ ਉੱਥੇ ਹੀ ਰਹਿ ਗਈਆਂ। ਉਹਦੇ ਮਨ ਦੇ ਵਿੱਚੋਂ ਪਰੇ ਹੀ ਨਹੀਂ ਹੋਇਆ ਵੀ ਮੈਂ ਆ ਕਮਾਲ ਦੀ ਚੀਜ਼ ਵੇਖ ਕੇ ਆਈ। ਤੇ ਬਾਅਦ ਜਿਹੜਾ ਬੰਦਾ ਉਹਨੂੰ ਲੈ ਕੇ ਗਿਆ ਸੀ ਨਾ ਉਹਦਾ ਹੱਥ ਫੜ ਕੇ ਤ ਉਹਨੂੰ ਘਰ ਦੇ ਵਿੱਚ ਛੱਡ ਕੇ ਆਇਆ ਕਹਿੰਦੀ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਅੱਖਾਂ ਤਾਂ ਮੈਂ ਉੱਥੇ ਹੀ ਛੱਡ ਆਈਆਂ। ਮਤਲਬ ਕਿਆ ਕਮਾਲ ਦੀ ਚੀਜ਼ ਬਣਾਈ ਹੋਵੇਗੀ ਤੇ ਨਿਗਾ ਉਹਦੇ ਵਿੱਚ ਫਸ ਕੇ ਰਹਿ ਗਈ। ਦ੍ਰਿਸ਼ਟੀ ਤੇ ਹੈ ਸੀ ਉਹਦੇ ਕੋਲ ਅੱਖਾਂ ਉੱਥੇ ਤੇ ਨਹੀਂ ਰਹਿ ਗਈਆਂ ਪਰ ਉਹ ਹੁਣ ਵਾਪਸ ਨਹੀਂ ਪੁੱਟੀਆਂ ਜਾ ਸਕੀਆਂ ਉੱਥੋਂ। ਇੱਕ ਜੋਤ ਇਹ ਵੀ ਹੁੰਦੀ ਹੈ। ਫਿਰ ਇੱਕ ਦ੍ਰਿਸ਼ਟੀ ਇਦਾਂ ਦੀ ਹੁੰਦੀ ਹੈ ਜਿੱਦੀ ਗੱਲ ਭਾਈ ਵੀਰ ਸਿੰਘ ਹੋਣਾ ਨੇ ਕੀਤੀ ਹੈ ਗੁਰੂ ਨਾਨਕ ਚਮਤਕਾਰ ਦੇ ਵਿੱਚ। ਤੇ ਮੈਂ ਫੇਰ ਬੇਨਤੀ ਕਰਦੇ ਵਾਂ ਮਰਜ਼ ਬਖਸ਼ ਲਵੇ ਕਿਤੇ ਇਦਾਂ ਦੀ ਨਿਗਾਹ ਬਣਾ ਦੇਵੇ ਬਾਬਾ ਕਬੀਰ ਤੇ ਕਹਿੰਦੇ ਹਰ ਥਾਂ ਤੇ ਤੇ ਮੋਤੀ ਖਿਲਰੇ ਪਏ ਨੇ ਉਹ ਤੇ ਵੇਖਣਾ ਭੀ ਜੇ ਤੇ ਅੱਖਾਂ ਹੋਣਗੀਆਂ ਤੇ ਬਸ ਚੁੱਕ ਲਵਾਂਗੇ ਨਹੀਂ ਹੋਣਗੀਆਂ ਤੇ ਫੇਰ ਪਏ ਪਏ ਉਹਨਾਂ ਦੇ ਪੈਰਾਂ ਦੇ ਨਾਲ ਬਿੱਧ ਕਿਵੇਂ ਨਿਕਲ ਜਾਵਾਂਗੇ ਜਿੱਦਾਂ ਅੰਨਾ ਬੰਦਾ ਨਿਕਲ ਜਾਂਦਾ ਹੈ ਦ੍ਰਿਸ਼ਟੀ ਕੀ ਦੋ ਉਦਾਹਰਨਾਂ ਉਹਨਾਂ ਨੇ ਇਕੱਠੀਆਂ ਬੋਲੀਆਂ ਨੇ ਕਹਿੰਦੇ ਭੀ ਪਟਨੇ ਦੇ ਵਿੱਚ ਸਾਲਸਰਾਏ ਜ਼ਹੂਰੀ ਤੇ ਉਹਦਾ ਜਿਹੜਾ ਗੁਲਾਮ ਹੈ ਅਦਰਕਾ ਗੁਲਾਮ ਜਿਹਨੂੰ ਕਿਹਾ ਜਾਂਦਾ ਹੈ ਸ਼ਾਇਦ ਮੈਂ ਪਹਿਲਾਂ ਵੀ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਹੋਵੇਗੀ ਉਹ ਉਹਦੇ ਕੋਲ ਨਾ ਨੌਕਰ ਹੈ ਹੁਣ ਉਹ ਜੌਰੀ ਆ ਚੰਗਾ ਪਲਾ ਉਹ ਹੀ ਉਹਦਾ ਕੰਮ ਪਰਖਣਾ ਹੈ ਚੀਜ਼ਾਂ ਨੂੰ ਕਿ ਰਤਨ ਕਿਹੜਾ ਹੈ ਕਿ ਦੀ ਕੀਮਤ ਕਿੰਨੀ ਹੈ ਆਪਾਂ ਸਾਰੀ ਗੱਲ ਸੁਣੀ ਵੀ ਉਹਨੇ ਸਿਰਫ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੇ ਉਹਦੇ ਅੱਗੇ ਲਾਲ ਰੱਖਿਆ ਸੀ ਤਾਂ ਉਹਨੇ ਕਿਹਾ ਸੀ ਵੀ ਤੇ ਤੇ ਵੇਖਣ ਦੇ ਜੜੀ ਭੇਟਾ ਇੰਨੀ ਹੈ ਮਤਲਬ ਇਹਨੂੰ ਤਾਂ ਇਹ ਵੇਖਣ ਦੇ ਵਿੱਚ ਵੀ ਇੰਨਾ ਔਖਾ ਹੈ ਹੁਣ ਉਹਦੇ ਕੋਲ ਅੱਜ ਦੇ ਟਾਈਮ ਦਾ ਬਿੱਲ ਤੇ ਨਹੀਂ ਸੀ ਨਾ ਵੀ ਇਹਦਾ ਬਿੱਲ ਬਣਾ ਕੇ ਦਿੱਤਾ ਹੈ ਵੀ ਬਿੱਲ ਤੋਂ ਪਤਾ ਲੱਗੇਗਾ ਉਹਦੀ ਨਿਗਾ ਹੀ ਇਦਾਂ ਸੀ ਵੀ ਵੇਖਦੇ ਹੀ ਕਹਿ ਦਿੰਦਾ ਵੀ ਇਹ ਚੀਜ਼ ਕੀ ਹੈ ਵੀ ਇਹ ਕਿੰਨੀ ਕੀਮਤੀ ਹੈ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਉਹਦਾ ਨੌਕਰ ਜਿਹੜਾ ਹੈ ਨਾ ਉਹ ਉਹਨੂੰ ਕਹਿੰਦਾ ਹੈ ਵੀ ਵੀ ਮੈਂ ਤੁਹਾਡੇ ਕੋਲ ਕਿੰਨਾ ਚੁਰ ਹੋ ਗਿਆ ਹੈ ਮੈਨੂੰ ਨੌਕਰੀ ਕਰਦੇ ਨੂੰ ਤਾਂ ਮੈਂ ਅਕਸਰ ਵੇਖਦਾ ਵੀ ਕੋਈ ਬੰਦਾ ਤੁਹਾਡੇ ਕੋਲ ਲਾਲ ਲੈ ਕੇ ਆਉਂਦਾ ਹੈ ਰਤਨ ਲੈ ਕੇ ਆਉਂਦਾ ਕੋਈ ਕੀਮਤੀ ਚੀਜ਼ ਲੈ ਕੇ ਆਉਂਦਾ ਤੇ ਤੁਸੀਂ ਉਹਨੂੰ ਬਸ ਇੱਕ ਵਾਰ ਆਪਣੀ ਅੱਖ ਦੇ ਅੱਗੇ ਕਰਦੇ ਜੀ ਤੇ ਵੇਖਦੇ ਆਂ ਤੁਸੀਂ ਕਹਿ ਦਿੰਦੇ ਜੇ ਵੀ ਇਹ ਵਧੀਆ ਹੈ ਤੇ ਇਹ ਨਕਲੀ ਹੈ ਤੁਸੀਂ ਵੇਖਦੇ ਆਂ ਹੀ ਕਹਿ ਦਿੰਦੇ ਜੀ ਔਰ ਮਾਫ ਕਰਨਾ ਹੋ ਸਕਦਾ ਤੁਹਾਡੀ ਥੋੜੀ ਜੀ ਪਹਿਚਾਨ ਜ਼ਿਆਦਾ ਹੋਵੇ ਬਹੁਤੀ ਵਾਰ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਵੀ ਨਹੀਂ ਨਹੀਂ ਪਤਾ ਹੁੰਦਾ ਵੀ ਕੀ ਇਹਦੇ ਵਿੱਚ ਪਾ ਦਿੱਤਾ ਗਿਆ ਹੈ ਸਾਨੂੰ ਯਕੀਨ ਕਰਨਾ ਪੈਂਦਾ ਪਰ ਸੁਨਿਆਰਾ ਉਹਨੂੰ ਵੇਖੋ ਕਿੱਡੀ ਛੇਤੀ ਪਤਾ ਲੱਗ ਜਾਂਦਾ ਵੀ ਹੈ ਕੀ ਹੈ ਕਿ ਇਹਦੇ ਵਿੱਚ ਨਹੀਂ ਹਰ ਇੱਕ ਬੰਦੇ ਨੂੰ ਆਪਣੀ ਆਪਣੀ ਲਾਈਨ ਦਾ ਆਰਟ ਹੁੰਦਾ ਨਾ ਜਿਹੜਾ ਆਪਣਾ ਆਰਟ ਹੁੰਦਾ ਉਹਦੇ ਵਿੱਚ ਬੰਦਾ ਐਕਸਪਰਟ ਹੁੰਦਾ ਵੀ ਆਹ ਚੀਜ਼ ਮੈਨੂੰ ਪਤਾ ਹੈ ਵੀ ਕੌਣ ਬੰਦਾ ਕਿੱਥੋਂ ਦੀ ਗੱਲ ਕਰਦਾ ਪਿਆ ਉਹ ਕਹਿੰਦਾ ਵੀ ਮੈਂ ਵੇਖਦਾ ਹਾਂ ਵੀ ਹਰ ਚੀਜ਼ ਨੂੰ ਵੇਖਦੇ ਆ ਤੁਸੀਂ ਕਹਿ ਦਿੰਦੇ ਜੇ ਪੀ ਇਹ ਸਹੀ ਆ ਕਿ ਨਹੀਂ ਭਾਈ ਗੁਰਦਾਸ ਸਾਹਿਬ ਨੇ ਗੁਰਦਾਸ ਸਾਹਿਬ ਨੇ ਵੀ ਇਸ ਗੱਲ ਨੂੰ ਬੋਲਿਆ ਹੈ ਜੈਸੇ ਜੋਹਰੀ ਪਰਖ ਜਾਨਤ ਹੈ ਰਤਨ ਕੀ ਦੇਖਤ ਹੀ ਕਹੇ ਖਰੋ ਖੋਟਾ ਰੂਪ ਰੇਖ ਇਹ ਤਾਂ ਵੇਖਦੇ ਆ ਕਹਿੰਦਾ ਵੀ ਸਹੀ ਆ ਕਿ ਗਲਤ ਹੈ ਤੇ ਮੈਨੂੰ ਵੀ ਇਦਾਂ ਸਿਖਾ ਦਿਓ ਵੀ ਮੈਂ ਵੀ ਬਸ ਹੱਥ ਤੇ ਰੱਖਾਂ ਤੇ ਵੇਖਾਂ ਤੇ ਬਸ ਮੈਨੂੰ ਵੀ ਪਤਾ ਲੱਗ ਜਾਵੇ ਵੀ ਅਸਲੀ ਹੈ ਕਿ ਨਕਲੀ ਹੈ ਗੱਲ ਸਿਰਫ ਇੱਥੇ ਵਾਪਸ ਆਵੇਗੀ ਇਸ ਕਰਕੇ ਸਲੋਕ ਤੋਂ ਧਿਆਨ ਨਾ ਹਟਾਇਓ ਵੀ ਬਾਬਾ ਕਬੀਰ ਕਹਿੰਦੇ ਵੀ ਮੋਤੀ ਤੇ ਖਿਲਰੇ ਪਏ ਨੇ ਹੁਣ ਮੈਂ ਬਾਬਾ ਕਬੀਰ ਨੂੰ ਵੀ ਕਿਤੇ ਉਹਦੇ ਵਾਂਗੂ ਕਵਾਂ ਨਾ ਜਿੱਦਾਂ ਉਹ ਅਦਰਕਾ ਗੁਲਾਮ ਬਾਬਾ ਉਹਨੂੰ ਆਪਣੇ ਸਾਲਸਰਾ ਜੌਰੀ ਨੂੰ ਕਹਿ ਰਿਹਾ ਵੀ ਤੁਸੀਂ ਵੇਖਦੇ ਜੇ ਤੁਹਾਨੂੰ ਅਸਲੀ ਨਕਲੀ ਲੱਭ ਜਾਂਦਾ ਹੈ ਤੁਸੀਂ ਕਹਿੰਦੇ ਜੇ ਵੀ ਮੋਤੀ ਖਿਲਰੇ ਪਏ ਜੇ ਮੈਨੂੰ ਤਾਂ ਦਿਖਦੇ ਹੀ ਨਹੀਂ ਮੈਨੂੰ ਕਿੱਦਾਂ ਦੇਖਣਾ ਤੋ ਅਗੋਂ ਉਹ ਜਵਾਬ ਦਿੰਦਾ ਹੈ ਸਾਲਸਰਾਏ ਮਰਦ ਉਹ ਜਿਹੜਾ ਭਾਈ ਵੀਰ ਸਿੰਘ ਹੁਣਾਂ ਨੇ ਲਿਖਿਆ ਉਹ ਕਹਿੰਦਾ ਬਸ ਵੇਖਦਾ ਰਹਿ ਇਹ ਨਿਗਾਹ ਪਕਾ ਆਪਣੀ ਵੇਖਣ ਦਾ ਤਰੀਕਾ ਬਦਲ ਤੂੰ ਜਿਹੜੀ ਆਪਾਂ ਨਿਗਾਹ ਦੀ ਪਿੱਛੇ ਗੱਲ ਕੀਤੀ ਹੈ ਨਾ ਸਾਡੇ ਲਈ ਸਿਰਫ ਹੋ ਸਕਦਾ ਵੀ ਸੋਨਾ ਡਿਜ਼ਾਈਨ ਹੋਵੇ ਸੁਨਿਆਰੇ ਲਈ ਡਿਜ਼ਾਈਨ ਨਹੀਂ ਹੈ ਸੁਨਿਆਰੇ ਲਈ ਪਹਿਲਾਂ ਸੋਨਾ ਹੈ ਡਿਜ਼ਾਈਨ ਬਾਅਦ ਦੇ ਵਿੱਚ ਹੈ ਸਾਡੇ ਲਈ ਕੀ ਹੈ ਸਾਡੇ ਲਈ ਉਹ ਚੀਜ਼ਾਂ ਸਿਰਫ ਡੈਕੋਰੇਸ਼ਨ ਦੇ ਕੰਮ ਆ ਸਕਦੀਆਂ ਨੇ ਅਸੀਂ ਡੈਕੋਰੇਸ਼ਨ ਦੇ ਲਈ ਪਾਉਂਦੇ ਹਾਂ ਸੁਨਿਆਰੇ ਲਈ ਡੈਕੋਰੇਸ਼ਨ ਬਹੁਤੀ ਮਾਇਨੇ ਨਹੀਂ ਰੱਖਦੀ ਉਹ ਤੇ ਕਿਉਂਕਿ ਉਹਨੇ ਵੇਚਣਾ ਹੈ ਤੇ ਤਾਂ ਕਰਦਾ ਪਿਆ ਹੈ ਉਹਦੇ ਲਈ ਪਹਿਲੇ ਨੰਬਰ ਤੇ ਸੋਨਾ ਹੀ ਹੈ ਡੈਕੋਰੇਸ਼ਨ ਕਿਸੇ ਹੋਰ ਚੀਜ਼ ਦੀ ਕਰ ਦੋ ਖਰੀਦੇਗਾ ਕਿ ਨਹੀਂ ਖਰੀਦਦਾ ਇਸ ਕਰਕੇ ਇਹਨੂੰ ਸਮਝ ਲੈਣਾ ਉਹ ਕਹਿੰਦੇ ਵੇਖਦਾ ਰਹਿ ਲਗਾਤਾਰ ਵੇਖਦਾ ਰਹਿ ਤੂੰ ਸਿੱਖ ਜਾਵੇਂਗਾ ਇੱਕ ਦਿਨ ਹੁਣ ਬਿਲਕੁਲ ਇਹੋੀ ਚੀਜ਼ ਦੂਸਰੇ ਪਾਸੇ ਇਦਾਂ ਹੋ ਰਹੀ ਸੀ ਭਾਈ ਮਰਦਾਨਾ ਜੀ ਗੁਰਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਦੇ ਨੇ ਵੀ ਮਹਾਰਾਜ ਵੀ ਮੈਂ ਜਦੋਂ ਮੈਂ ਤੁਹਾਡੇ ਲਾਗੇ ਹੁੰਨਾ ਹਾਂ ਤੁਸੀਂ ਇਹ ਗੱਲ ਮੈਨੂੰ ਵਾਰ-ਵਾਰ ਕਹਿੰਦੇ ਜੇ ਕਿ ਰੱਬ ਹਰ ਥਾਂ ਦੇ ਉੱਤੇ ਹੈ ਕੁਸੀਂ ਮੈਨੂੰ ਹਰ ਥਾਂ ਤੇ ਕਹਿੰਦੇ ਜੇ ਵੀ ਉਹਨੂੰ ਵੇਖ ਤੇਰੇ ਲਈ ਕਿੰਨਾ ਪ੍ਰਬੰਧ ਕਰਦਾ ਪਿਆ ਹੈ ਉਹਨੂੰ ਸਾਡੀ ਫਿਕਰ ਹੈ ਜਿਹੜੇ ਘਰ-ਬਾਰ ਛੱਡ ਕੇ ਆਏ ਆ ਆਪੇ ਕੁਝ ਨਾ ਕੁਝ ਸਾਡੇ ਲਈ ਪ੍ਰਬੰਧ ਕਰੇਗਾ ਮੈਂ ਇੰਨਾ ਕੁਝ ਵੇਖਦਾ ਹਾਂ ਵੀ ਤੁਸੀਂ ਪਲ ਦੇ ਵਿੱਚ ਵੀ ਸਮਾਧੀ ਦੇ ਵਿੱਚੋਂ ਜਾਂ ਪਲ ਦੇ ਵਿੱਚੋਂ ਵੀ ਉਹਦੇ ਧਿਆਨ ਦੇ ਵਿੱਚੋਂ ਬਾਹਰ ਨਹੀਂ ਆਉਂਦੇ ਤੁਹਾਡੇ ਲਈ 24 ਘੰਟੇ ਇਹੋ ਗੱਲ ਬਣੀ ਪਈ ਆ ਵੀ ਮੋਤੀ ਡਿੱਗੇ ਨੂੰ ਤੁਸੀਂ ਚੁਗੀ ਜਾ ਰਹੇ ਜੇ ਵੀ ਮੇਰੇ ਨਾਲ ਕਿਉਂ ਨਹੀਂ ਇਹ ਗੱਲ ਬਣਦੀ ਵੀ ਮੈਨੂੰ ਇਦਾਂ ਕਿਉਂ ਨਹੀਂ ਮਹਿਸੂਸ ਹੁੰਦਾ ਤੇ ਮਹਾਰਾਜ ਜੀ ਪਈ ਵੀਰ ਸਿੰਘ ਕਹਿੰਦੇ ਨੇ ਵੀ ਮਹਾਰਾਜ ਜੀ ਨੇ ਅਗੋਂ ਜਵਾਬ ਪਤਾ ਕੀ ਦਿੱਤਾ ਵੀ ਭਾਈ ਲੱਗਾ ਰਹ ਸਿਰਫ ਇੰਨਾ ਕੀ ਕੰਮ ਹੈ ਇਹ ਲੱਗਾ ਰਹ ਇਹ ਇਹ ਤੇੜੀਆਂ ਚੀਜ਼ਾਂ ਨੇ ਨਾ ਇਹ ਵੇਖਣ ਦੇ ਨਾਲ ਆਉਂਦੀਆਂ ਨੇ ਇਹ ਚੀਜ਼ਾਂ ਸਮਝਣ ਦੇ ਨਾਲ ਆਉਂਦੀਆਂ ਨੇ ਇਦਾਂ ਨਹੀਂ ਆਉਂਦੀਆਂ ਵੀ ਬਸ ਜੀਜ਼ ਨੂੰ ਜਿਸ ਰੂਪ ਦੇ ਵਿੱਚ ਵੇਖ ਲਿਆ ਤੇ ਵੇਖ ਲਿਆ ਤੇ ਗੱਲ ਖਤਮ ਹੋ ਗਈ ਇਦਾਂ ਨਹੀਂ ਆਉਂਦੀਆਂ ਜਿੱਦਾਂ ਅਧਰਕੇ ਤੋਂ ਸਲਸਰਾਏ ਕਹਿੰਦਾ ਨਾ ਵੀ ਲੱਗਾ ਰਹ ਤੈਨੂੰ ਪਰਖਾ ਜਾਵੇਗੀ ਮਰਦ ਕਹਿੰਦੇ ਵੀ ਤੂੰ ਲੱਗਾ ਰਹ ਤੈਨੂੰ ਸਮਝ ਆ ਜਾਵੇਗੀ ਤੇ ਫਿਰ ਸਤਿਗੁਰੂ ਨੇ ਉਦਾਹਰਣ ਦਿੱਤੀ ਕਹਿੰਦੇ ਵੇਖ ਤੂੰ ਕਿੱਡਾ ਵਧੀਆ ਰਬਾਬੀ ਹੈ ਕਿੱਡਾ ਵਧੀਆ ਗਾਉਣ ਵਾਲਾ ਹੈ ਹੁਣ ਜੇਕਰ ਆਪ ਜੀ ਥੋੜਾ ਬੋਤ ਹਰਮੋਨੀਅਮ ਜਾਣਦੇ ਹੋਵੋਗੇ ਜਾਂ ਤੁਹਾਨੂੰ ਸੁਰਾਂ ਦਾ ਪਤਾ ਹੋਵੇਗਾ ਜਾਂ ਰਬਾਬ ਦੀਆਂ ਸੁਰਾਂ ਦਾ ਪਤਾ ਹੋਵੇਗਾ ਸਾਡੇ ਲਈ ਰਬਾਬ ਕੀ ਹੈ ਸਿਰਫ ਤਾਰਾਂ ਨੇ ਹੋਰ ਕੁਝ ਵੀ ਨਹੀਂ ਸਾਨੂੰ ਕੀ ਪਤਾ ਕਿ ਕਿੱਥੇ ਸਾ ਹੈ ਤੇ ਕਿੱਥੇ ਰੇ ਹੈ ਸਾਨੂੰ ਨਹੀਂ ਪਤਾ ਪਰ ਜੇ ਭਾਈ ਮਰਦਾਨੇ ਦੇ ਸਾਹਮਣੇ ਰਬਾਬ ਹੋਵੇ ਕਿ ਭਾਈ ਮਰਦਾਨੇ ਨੂੰ ਨਹੀਂ ਪਤਾ ਵੀ ਸਾ ਕਿੱਥੇ ਆ ਤੇ ਰੇ ਕਿੱਥੇ ਆ ਆਮ ਰਾਗੀਆਂ ਦੀ ਗੱਲ ਸਮਝ ਲਓ ਚਲੋ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਪਏ ਮੈਂ ਇਸ ਕਰਕੇ ਕਹਿਨਾ ਹਾਂ ਸਾਡੇ ਲਈ ਸਾਜ ਕੀ ਹੈ ਕਿਉਂਕਿ ਸਾਨੂੰ ਵਜਾਉਣਾ ਨਹੀਂ ਆਉਂਦਾ ਸਾਨੂੰ ਸਾਜ ਦੀ ਸਮਝ ਨਹੀਂ ਆ ਸਾਡੇ ਲਈ ਬਸ ਤਾਰਾਂ ਨੇ ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ ਪਰ ਜਿਹੜਾ ਵਜਾ ਰਿਹਾ ਹੈ ਉਹਨੂੰ ਦੱਸਣਾ ਨਹੀਂ ਪੈਂਦਾ ਵੀ ਭਾਈ ਸਾ ਕਿੱਥੇ ਆ ਤੇ ਰੇ ਕਿੱਥੇ ਆ ਉਹਨੇ ਅੱਖਾਂ ਮੀਟੀਆਂ ਨੇ ਉਹਦੇ ਆਪਣੇ ਆਪ ਹੀ ਹੱਥ ਸਾ ਤੇ ਚਲੇ ਗਏ ਤੇ ਆਪਣੇ ਆਪ ਹੀ ਰੇ ਤੇ ਚਲੇ ਗਏ ਇੱਕ ਉਦਾਹਰਣ ਮਰਦ ਕਹਿੰਦੇ ਚੱਲ ਇਹ ਤੇ ਬਾਹਰ ਦੀਆਂ ਗੱਲਾਂ ਨੇ ਵੀ ਭਾਈ ਬਾਹਰ ਤੇ ਕਿਸੇ ਨੂੰ ਦੱਸ ਵੀ ਦੇਵੇਂਗਾ ਵੀ ਆ ਸਾਹ ਹੈ ਤੇ ਆ ਰੇ ਹੈ ਤੇਰੇ ਗਲੇ ਦੇ ਵਿੱਚ ਵੇਖ ਮਾਲਕ ਨੇ ਕੀ ਕੀ ਪਾਇਆ ਹੋਇਆ ਕੋਈ ਗਾਉਂਦਾ ਹੈ ਇੱਥੋਂ ਤੇ ਇੱਥੋਂ ਤੇ ਪਤਾ ਲੱਗ ਗਿਆ ਨਾ ਵੀ ਮੇਰੇ ਹੱਥ ਚੱਲਣਗੇ ਜਾਂ ਰਾਗੀ ਸਿੰਘ ਦੇ ਹੱਥ ਚੱਲਣਗੇ ਤੇ ਸਾਨੂੰ ਪਤਾ ਲੱਗ ਗਿਆ ਵੀ ਰਬਾਬ ਉੱਤੋਂ ਵਜਾ ਰਿਹਾ ਸੀ ਕਿ نیچے ਤੋਂ ਸੁਰ ਵਜਾ ਰਿਹਾ ਸੀ ਪਤਾ ਲੱਗ ਜਾਵੇਗਾ ਪਰ ਕਹਿੰਦੇ ਜਦੋਂ ਕੋਈ ਗਲੇ ਦੇ ਵਿੱਚੋਂ ਗਾਉਂਦਾ ਹੈ ਤੇ ਕਿੱਡਾ ਕਿ ਸਾਡਾ ਗਲਾ ਤਾਰਾਂ ਤੁਸੀਂ ਵੇਖਦੇ ਜੇ ਨਾ ਵੇਖੋ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਸਾਡਾ ਜਿਹੜਾ ਗਲਾ ਹੈ ਗਾਉਣ ਵਾਲਾ ਜਿੱਥੋਂ ਅਸੀਂ ਬੋਲਦੇ ਹਾਂ ਉਸ ਨੂੰ ਜਦੋਂ ਵਾਜੇ ਦੇ ਉੱਤੇ ਉਤਾਰਿਆ ਗਿਆ ਹਰਮੋਨੀਅਮ ਦੇ ਉੱਤੇ ਉਤਾਰਿਆ ਗਿਆ ਹੈ ਤੇ ਉਹਦੀ ਸੱਤ ਸੁਰਾਂ ਦੀ ਥਾਂ ਹੈ ਤੇ ਕਿੰਨੀਆਂ ਨੇ ਸੱਤ ਸੁਰਾਂ ਵੇਖੋ ਕਿੰਨਾ ਥਾਂ ਮਲਦੀਆਂ ਨੇ ਵਾਜੇ ਦੇ ਉੱਤੇ ਘਟੋ ਘਟ ਬਹੁਤਾ ਨਹੀਂ ਤੇ ਉਹ ਸ਼ਾਇਦ 6 ਤੋਂ 8 ਇੰਚ ਦੀਨੀ ਜਗ੍ਹਾ ਲੈਂਦੀਆਂ ਨੇ ਜਦੋਂ ਹਰਮੋਨੀਅਮ ਦੇ ਉੱਤੇ ਆਉਂਦੀਆਂ ਨੇ ਦਿਲਰੂਬਾ ਦੇ ਵਿੱਚ ਵੇਖ ਕੇ ਲਓ ਤੁਸੀਂ ਤੁਹਾਡੇ ਵਿੱਚ ਬੱਚੇ ਬੈਠੇ ਨੇ ਵਜਾਉਂਦੇ ਨੇ ਉਹ ਜਦੋਂ ਪਹਿਲੇ ਸਬਤਕ ਤੋਂ ਲੈ ਕੇ ਤੇ ਅਗਲੇ ਤੱਕ ਜਾਣਾ ਹੈ ਤੇ ਉਹਦੀਆਂ ਵੇਖੋ ਤਾਰਾਂ ਦੀ ਲੰਬਾਈ ਕਿੰਨੀ ਹੈ ਇੱਕ ਸੁਰ ਸਾ ਤੋਂ ਦੂਜੇ ਸਾ ਤੱਕ ਜਾਣਾ ਹੈ ਤੇ ਘਟੂ ਘਟ ਬਹੁਤਾ ਨਹੀਂ ਤੇ 8 8 7 8 ਇੰਚ ਉਹ ਵੀ ਜਗ੍ਹਾ ਹੈ ਦਿਲਰੂਬਾ ਦੀ ਪਰ ਜਦੋਂ ਗਲੇ 'ਚੋਂ ਗਾਇਆ ਜਾਂਦਾ ਤੇ ਗਲੇ ਦੀ ਜਗ੍ਹਾ ਕਿੰਨੀ ਕ ਬਿਲਕੁਲ ਥੋੜੀ ਤੇ ਗਲੇ ਦੇ ਵਿੱਚੋਂ ਸੁਰਾਂ ਵੇਖੋ ਫਿਰ ਕਿੰਨੀਆਂ ਨਿਕਲਦੀਆਂ ਨੇ ਗਲੇ ਦੇ ਵਿੱਚ ਨਹੀਂ ਤਾਰ ਦੇ ਉੱਤੇ ਹੱਥ ਲਾਉਣਾ ਪੈਂਦਾ ਵੀ ਆਹ ਤਾਰ ਮੈਂ ਸਾਲ ਆਉਣਾ ਹੈ ਤੇ ਮੈਂ ਇੱਥੇ ਤਾਰ ਦੇ ਉੱਤੇ ਹੱਥ ਲਾਵਾਂ ਤਾਂ ਫਿਰ ਸਾਹ ਨਿਕਲੇਗਾ ਆਪਣੇ ਆਪ ਹੀ ਨਿਕਲ ਆਉਂਦਾ ਸਤਿਗੁਰੂ ਕਹਿੰਦੇ ਤੂੰ ਕਿੱਡਾ ਭਲਾ ਰਬਾਬੀ ਹੈ ਕਿੱਡਾ ਵਧੀਆ ਵਜਾਉਂਦਾ ਹੈ ਰਬਾਬ ਨੂੰ ਪਰ ਜਦੋਂ ਕੋਈ ਗਾਉਂਦਾ ਹੈ ਤੇਰੇ ਲਈ ਸਿਰਫ ਉਹ ਗੱਲ ਨਹੀਂ ਹੁੰਦੀ ਜਿਸ ਨੂੰ ਸੰਗੀਤ ਦੀ ਸਮਝ ਨਹੀਂ ਹੈ ਨਾ ਉਹਦੇ ਲਈ ਸਿਰਫ ਸੰਗੀਤ ਰੌਲਾ ਹੈ ਉਹਦੇ ਲਈ ਕੁਝ ਵੀ ਨਹੀਂ ਹੈ ਪਰ ਭਾਈ ਜਦੋਂ ਤੂੰ ਨਿਕਲੇਗਾ ਤੇਰੇ ਲਈ ਤੇ ਰੌਲਾ ਨਹੀਂ ਹੈ ਤੂੰ ਤੇ ਵੇਖਦੇ ਕਿਹ ਜਣਾ ਪੀ ਇਹ ਟੋਡੀ गा ਰਿਹਾ ਕਿ ਬੈਰਾੜੀ गा ਰਿਹਾ ਤੂੰ ਤੇ ਵੇਖਦੇ ਏ ਕਹਿ ਦੇਣਾ ਵੀ ਗੌੜੀ ਗਾ ਰਿਹਾ ਕਿ ਆਸਾ ਗਾ ਰਿਹਾ ਕਿਉਂਕਿ ਕਿਉਂ ਤੈਨੂੰ ਸਮਝ ਹੈ ਇਸ ਗੱਲ ਦੀ ਜਿਹਨੂੰ ਨਹੀਂ ਸਮਝੋ ਉਹਨੂੰ ਨਹੀਂ ਨਜ਼ਰ ਆਵੇਗਾ ਤੈਨੂੰ ਸਮਝ ਹੈ ਔਰ ਇਸ ਕਰਕੇ ਵੇਖ ਲਿਓ ਜਿੱਦਾਂ ਜਿੱਦਾਂ ਆਪਾਂ ਜਿਹੜੀ ਜਿਹੜੀ ਲਾਈਨ ਦੇ ਵਿੱਚ ਹੋਵਾਂਗੇ ਨਾ ਤੇ ਆਪਾਂ ਭਾਵੇਂ ਐਦਾਂ ਅਨਪੋਲ ਵੀ ਤੁਰੇ ਜਾ ਰਹੇ ਹਾਂ ਨਾ ਸਮਝ ਵੀ ਨਹੀਂ ਆ ਕਿ ਇਸ ਕੰਮ ਲਈ ਤੁਰੇ ਜਾ ਰਹੇ ਹਾਂ ਕਿ ਨਹੀਂ ਤੁਰੇ ਹੀ ਜਾ ਰਹੇ ਹਾਂ ਬਸ ਕੁਝ ਗੱਲ ਇਹੋ ਜੀ ਪੈ ਗਈ ਸਾਡੇ ਕੰਨਾਂ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਸਹੀ ਆ ਕਿ ਗੱਲ ਗਲਤ ਹੈ ਜਿੱਦਾਂ ਜਿਹੜੇ ਬੰਦਿਆਂ ਦਾ ਰਾਜਨੀਤੀ 'ਚ ਬੜਾ ਇੰਟਰਸਟ ਹੁੰਦਾ ਨਾ ਉਹ ਕਿਤੇ ਸੜਕ ਤੇ ਤੁਰੇ ਜਾਣਗੇ ਜਾਣਦੇ ਹੋਣਗੇ ਨਾ ਜਾ ਰਹੇ ਹੋਣਗੇ ਤੇ ਕਿਸੇ ਦੁਕਾਨ ਤੇ ਚੱਲਦੇ ਟੀਵੀ ਦੇ ਵਿੱਚੋਂ ਕਿ ਖਬਰ ਮਿਲ ਜੇ ਨਾ ਰਾਜਨੀਤੀ ਦੀ ਉਹਨਾਂ ਨੂੰ ਉੱਥੇ ਵੀ ਸੁਣ ਜਾਂਦੀ ਹੈ ਉਹ ਸੁਣ ਜਾਂਦੀ ਹੈ ਤੁਸੀਂ ਵੇਖ ਲਓ ਤੁਰਦਿਆਂ ਫਿਰਦਿਆਂ ਉਹਨਾਂ ਗੱਲਾਂ ਡਿੱਗਦੀਆਂ ਨੇ ਇਦਾਂ ਹੀ ਹਰ ਇੱਕ ਜਾਣਿਆ ਦਾ ਬੰਦਾ ਆਪਣਾ ਆਪਣਾ ਕੰਮ ਹੁੰਦਾ ਹੈ ਮਰਦ ਕਹਿੰਦੇ ਤੂੰ ਇਸ ਗੱਲ ਨੂੰ ਸਵਾਲ ਕਰਦਾ ਹੈ ਕਿ ਤੁਹਾਨੂੰ ਨਜ਼ਰ ਆਉਂਦਾ ਤੇ ਮੈਨੂੰ ਨਜ਼ਰ ਨਹੀਂ ਆਉਂਦਾ ਮਰਦ ਕਹਿੰਦੇ ਬਸ ਜਿੱਦਾਂ ਬਾਕੀ ਗੱਲਾਂ ਕਰਦੇ ਨੇ ਤੈਨੂੰ ਉਹ ਗੱਲਾਂ ਨਹੀਂ ਨਾ ਲੱਗਦੀਆਂ ਤੈਨੂੰ ਸੰਗੀਤ ਲੱਗਦਾ ਹੈ ਤੈਨੂੰ ਹਰ ਇੱਕ ਚੀਜ਼ ਪਰਖਣੀ ਆਉਂਦੀ ਹੈ ਸੰਗੀਤ ਦੇ ਲੈਵਲ ਦੇ ਉੱਤੇ ਇਦਾਂ ਹੀ ਇੱਕ ਨਿਗਾਹ ਹੈ ਰੱਬੀ ਨਿਗਾਹ ਹੈ ਉਹਨੂੰ ਆਪਣੇ ਅੰਦਰ ਮਹਿਸੂਸ ਕਰ ਉਹਨੂੰ ਆਪਣੇ ਅੰਦਰ ਸਮਝਣ ਦੀ ਕੋਸ਼ਿਸ਼ ਕਰ ਫਿਰ ਜਿਹੜੀਆਂ ਚੀਜ਼ਾਂ ਜਿੱਦਾਂ ਦੀਆਂ ਹੈ ਨੇ ਨਾ ਤੈਨੂੰ ਉਹਦਾ ਨਜ਼ਰ ਨਹੀਂ ਆਉਣਗੀਆਂ ਇਹ ਰੂਪ ਬਟਾਉਂਦੀਆਂ ਨਜ਼ਰ ਆਉਣਗੀਆਂ ਮਤਲਬ ਇਹ ਨਹੀਂ ਹੈ ਕਿ ਤੈਨੂੰ ਫਿਰ ਆ ਹੱਡ ਚੰਮ ਦੇ ਪੁਤਲੇ ਦਿਸਣਗੇ ਗੱਲ ਥੋੜੀ ਜਿਹੀ ਵੱਡੀ ਹੋ ਜਾਵੇਗੀ ਮੇਰੇ ਲਈ ਪਰ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਮਰਦ ਸਾਨੂੰ ਜਦੋਂ ਵੇਖਦੇ ਨੇ ਫਿਰ ਇਦਾਂ ਥੋੜਾ ਵੇਖਦੇ ਨੇ ਕਿ ਕੌਣ ਬੀਬੀ ਬੈਠੀ ਆ ਤਾਂ ਕੌਣ ਬੰਦਾ ਬੈਠਾ ਹੈ ਰਹਿਣਗੇ ਤੇ ਬੀਬੀਆਂ ਬੰਦੇ ਹੀ ਪਰ ਇਦਾਂ ਨਹੀਂ ਵੇਖਦੇ ਮਰਦ ਕਹਿੰਦੇ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਉ ਕੈਸੇ ਜਦੋਂ ਉਹ ਵੇਖਦੇ ਨੇ ਫਿਰ ਇਸਤਰੀ ਪੁਰਸ਼ ਦੀ ਤਮੀਜ਼ ਤੋਂ ਉੱਪਰ ਵੇਖਦੇ ਨੇ ਫਿਰ ਉਹ ਇਦਾਂ ਨਹੀਂ ਵੇਖਦੇ ਕਿ ਮੈਂ ਸਰੀਰਾਂ ਨੂੰ ਵੇਖਦਾ ਪਿਆ ਨਹੀਂ ਫਿਰ ਉਹ ਨਿਗਾਹ ਵੇਖਦੀ ਹੈ ਸਿਰਫ ਜੋਤ ਨੂੰ ਵੇਖਦੀ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਕਿਨੂੰ ਬੁਰਾ ਕਹਿ ਦੇਵਾਂ ਇੱਕ ਨਿਗਾਹ ਤੇ ਹੈ ਨਾ ਜਿਹੜੀ ਆਮ ਕਹਿੰਦੀ ਆਹ ਮੇਰਾ ਵੈਰੀ ਤੇ ਆਹ ਮੇਰਾ ਤੋਂ ਮਾੜਾ ਫਿਰ ਇੱਕ ਨਿਗਾਹ ਉਹੀ ਕਹਿਣ ਲੱਗ ਪਿੰਦੀ ਵੀ ਨਹੀਂ ਸਾਰੇ ਹੀ ਆਪਣੇ ਨੇ ਬੁਰਾ ਕੌਣਾ ਹੈ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਸਤਿਗੁਰੂ ਕਹਿੰਦੇ ਨੇ ਵੀ ਜੇ ਤੇ ਦੁਨੀਆ ਨੂੰ ਇਦਾਂ ਹੀ ਵੇਖੋਗੇ ਐਸ ਮੋਟੀ ਅੱਖ ਦੇ ਨਾਲ ਹੀ ਫਿਰ ਕੀ ਹੈ ਫਿਰ ਦੁਨੀਆ 6-7 ਕਿਲੋਮੀਟਰ ਤੋਂ ਵੱਧ ਕੁਝ ਵੀ ਨਹੀਂ ਹੈ ਕਿੰਨੀ ਕ ਦੂਰ ਵੇਖ ਲਵੇਗੀ ਨਿਗਾ ਜਿੰਨਾ ਕ ਸਾਡਾ ਆਲਾ ਦੋਲਾ ਕਲੀਅਰ ਹੈ ਚੋ ਬਹੁਤਾ ਦੂਰ ਵੀ ਨਹੀਂ ਵੇਸੇ ਦਿਖਦਾ ਕੀ ਦੇਖ ਲਵੇਗੀ ਨਿਗਾ ਪਰ ਇਸੇ ਨਿਗਾ ਦੇ ਵਿੱਚ ਇੱਕ ਨਿਗਾ ਹੈ ਮਰਦ ਕਹਿੰਦੇ ਜਿੰਨੂੰ ਰੱਬ ਨੇ ਸੁਜਾਖੇ ਬਣਾ ਦਿੱਤਾ ਹੈ ਇਹ ਨਿਗਾ ਉਹਨਾਂ ਦੇ ਕੋਲ ਹੈ ਔਰ ਇਸ ਨਿਗਾ ਦਾ ਇਹਨਾਂ ਅੱਖਾਂ ਦੇ ਨਾਲ ਸੰਬੰਧ ਨਹੀਂ ਹੈ ਬੰਦ ਕਰੋਗੇ ਤਾਂ ਵੀ ਉਹਨਾਂ ਹੀ ਹੈ ਖੋਲ ਲਵੋਗੇ ਤਾਂ ਵੀ ਉਹ ਉਹਨੀਆਂ ਹੀ ਨੇ ਬਾਬਾ ਕਬੀਰ ਨੇ ਉਹ ਗੱਲ ਬੋਲੀ ਹੈ ਭਾਈ ਰੱਬ ਦੀ ਗੱਲ ਤੇ ਹਰ ਥਾਂ ਦੇ ਉੱਤੇ ਹੈ ਮਹਿਸੂਸ ਤੇ ਉਹਨੂੰ ਹਰ ਥਾਂ ਤੇ ਕੀਤਾ ਜਾ ਸਕਦਾ ਹੈ ਸਵਾਲ ਸਾਡੇ ਸਾਰਿਆਂ ਦੇ ਫਿਰੇ ਹੋਈ ਆਉਣਗੇ ਵੀ ਲੈ ਹੈ ਸਾਰੀਆਂ ਥਾਵਾਂ ਤੇ ਤੇ ਨਜ਼ਰ ਕਿਉਂ ਨਹੀਂ ਆਉਂਦਾ ਮਹਾਰਜ ਕਹਿੰਦੇ ਨਹੀਂ ਅੰਧਾ ਨਿਕਸ਼ਿਓ ਆਏ ਆ ਵੀ ਇੱਕ ਪ੍ਰੋਬਲਮ ਹੈ ਅਜੇ ਸਾਡੀ ਨਿਗਾਹ ਹੀ ਨਹੀਂ ਉਦਾਂ ਦੀ ਬਣ ਪਾਉਂਦੀ ਸਾਡੀ ਨਿਗਾਹ ਹੀ ਨਹੀਂ ਓਡੀ ਵੱਡੀ ਹੋ ਪਾਉਂਦੀ ਔਰ ਮੈਨੂੰ ਮਾਫ਼ ਕਰ ਦਿਓ ਇਹ ਨਹੀਂ ਕਿ ਮੈਂ ਤੁਹਾਨੂੰ ਕਹਿੰਦਾ ਹਾਂ ਜਾਂ ਕਿਸੇ ਹੋਰ ਨੂੰ ਕਹਿੰਦਾ ਹਾਂ ਅਸੀਂ ਧਾਰਮਿਕ ਰਸਤੇ ਦੇ ਉੱਤੇ ਚੱਲਦੇ ਬਹੁਤੀ ਵਾਰ ਸੁジャਖੇ ਹੋ ਹੀ ਨਹੀਂ ਪਾਉਂਦੇ ਅਸੀਂ ਬਸ ਇਦਾਂ ਹੀ ਰਹਿਣਾ ਚਾਹੁੰਦੇ ਹਾਂ ਸੁジャਖੇ ਹੋਣਾ ਹੀ ਨਹੀਂ ਚਾਹੁੰਦੇ ਸੁジャਖੇ ਹੋਈਏ ਤਾਂ ਕੁਝ ਨਜ਼ਰ ਆਵੇ ਜਾਂ ਤਾਂ ਫਿਰ ਇਦਾਂ ਦੀ ਗੱਲ ਹੈ ਨਾ ਕਿ ਮੈਂ ਐਕਸੈਪਟ ਕਰਦਾ ਹਾਂ ਕਿ ਮੈਂ ਅੰਨਾ ਹਾਂ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਜਾਂ ਤਾਂ ਮੈਂ ਐਕਸੈਪਟ ਕਰਾਂ ਕਿ ਮੈਂ ਅੰਨਾ ਹਾਂ ਬਹੁਤੀ ਵਾਰ ਵੇਖੋ ਬੰਦੇ ਐਕਸੈਪਟ ਵੀ ਨਹੀਂ ਕਰਦੇ ਕਿ ਅਸੀਂ ਅੰਦੇ ਹਾਂ ਉਹ ਕਹਿੰਦੇ ਨਹੀਂ ਸਾਨੂੰ ਦਿਸਦਾ ਤੇ ਸਾਨੂੰ ਹੀ ਦਿਸਦਾ ਹੈ ਬਾਕੀ ਤਾਂ ਸਾਰੇ ਅੰਨੇ ਹੀ ਤੁਰੇ ਫਿਰਦੇ ਉਹਨੂੰ ਲੱਗਦਾ ਵੀ ਜੋ ਮੈਨੂੰ ਪਤਾ ਹੈ ਬਾਕੀਆਂ ਨੂੰ ਪਤਾ ਹੀ ਨਹੀਂ ਬਾਬਾ ਕਬੀਰ ਕਹਿੰਦੇ ਨੇ ਭਾਈ ਮੋਤੀ ਹਰ ਥਾਂ ਤੇ ਖਿਲਰੇ ਪਏ ਸੀ ਪਰ ਅੰਨਾ ਬੰਦਾ ਨਿਕਲ ਗਿਆ ਉਹਨੇ ਚੁੱਕਿਆ ਤੇ ਇੱਕ ਵੀ ਨਹੀਂ ਸਗੋਂ ਪੈਰਾਂ ਥੱਲੇ ਸਾਰੇ ਹੀ ਦੇ ਦਿੱਤੇ ਦਾਤਾਰ ਕਹਿੰਦੇ ਭਾਈ ਰੱਬ ਦੀ ਗੱਲ ਹੱਥਾਂ ਦੇ ਉੱਤੇ ਹੈ ਹਰ ਥਾਂ ਤੇ ਮਹਿਸੂਸ ਕੀਤਾ